ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਮੈਂ ਹਾਂ ਮੋਨੀ ਗਿੱਲ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਮੈਂ ਹਾਂ ਕੁਲਦੀਪ ਗਿੱਲ ਤੇ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਜੀ ਹਾਂ ਔਰ ਐਕਚੁਅਲੀ ਬਹੁਤ ਟਾਈਮ ਬਾਅਦ ਇੱਦਾਂ ਲੱਗ ਰਿਹਾ ਕਿ ਅਸੀਂ ਚਿਲ ਕਰ ਰਹੇ ਹਾਂ ਗਿੱਲਸ ਦੇ ਨਾਲ ਰਾਈਟ ਜਦੋਂ ਦੀ ਮੈਂ ਇੰਡੀਆ ਤੋਂ ਹੋ ਕੇ ਆਈ ਹਾਂ ਉਸ ਤੋਂ ਬਾਅਦ ਚਿਲ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ ਮੈਂ ਇਕੱਲੀ ਤੇ ਬੜਾ ਚਿਲ ਕੀਤਾ ਆਈ ਨੋ ਇਹਨੇ ਇਕੱਲੀ ਜਾ ਕੇ ਪੂਰਾ ਹਿੰਦੁਸਤਾਨ ਦਾ ਸਾਨੂੰ ਟੂਰ ਕਰਾ ਤਾ ਹਰ ਗੁਰਦੁਆਰੇ ਪਤਾ ਨਹੀਂ ਕੀ ਕੀ ਗਲੀ ਮਹੱਲੇ ਗੋਲ ਗੱਪੇ ਚਾਟ ਪਾਪੜੀ ਸਾਰਾ ਕੁਝ ਦਿਖਾਇਆ ਸੋ ਯੈਸ ਇਹ ਤੋਂ ਬਗੈਰ ਲਾਈਫ ਚਿਲ 'ਚ ਮਜ਼ਾ ਨਹੀਂ ਹੈਗਾ ਲਾਈਫ ਚਿਲ ਤਾਂ ਹੀ ਹੈ ਜੇ ਮਿਸਿਸ ਗਿੱਲ ਹੈਗੀ ਹੈ ਇਹੀ ਸਾਡੀ ਸ਼ੋਅ ਦੀ ਟੀ ਆਰ ਪੀ ਇਹੀ ਸਾਡੀ ਸ਼ੋਅ ਦਾ ਤੜਕਾ ਹੈ ਲਾਈਫ ਦੀ ਵੀ ਟੀ ਆਰ ਪੀ ਕਿ ਗਿੱਲ ਦੋਨੋਂ ਤਾਂ ਪਾਸੋਂ ਮਿਸਟਰ ਔਰ ਮਿਸਿਸ ਦੋਨੋਂ ਹੋਣਗੇ ਤਾਂ ਚਿਲ ਹੋਏਗਾ ਇਕੱਲੀ ਇਕੱਲੇ ਪਰਸਨ ਨਾਲ ਕੁਛ ਨਹੀਂ ਹੋ ਸਕਦਾ ਸੋ ਅੱਜ ਇਹ ਦੱਸੋ ਕੁਲਦੀਪ ਅਸੀਂ ਅੱਜ ਦਾ ਕੀ ਟੋਪਿਕ ਰੱਖ ਰਹੇ ਹਾਂ ਔਰ ਇਹ ਟੋਪਿਕ ਇੰਨਾ ਖਾਸ ਕਿਉਂ ਹੈ ਮਿਸਟਰ ਐਂਡ ਮਿਸਿਸ ਗਿੱਲ ਦੇ ਨਾਲ ਹੋਰ ਵੀ ਦੋ ਚੀਜ਼ਾਂ ਜੁੜੀਆਂ ਨੇ ਹਰ ਪਰਿਵਾਰ 'ਚ ਬੱਚੇ ਜੁੜੇ ਨੇ ਕਿਸੇ ਦੀ ਬੀਤੀ ਨਹੀਂ ਆਪਣੀ ਬੀਤੀ ਤੁਹਾਡੇ ਨਾਲ ਕਰਨ ਲੱਗਾ ਪਿਛਲੇ ਹਫ਼ਤੇ ਮੇਰੀ ਬੇਟੀ ਸਾਦਗੀ ਜੋ ਕਿ 18 ਸਾਲ ਦੀ ਹੋ ਗਈ ਹੈ ਅਤੇ ਇਸ ਸਾਲ ਕਾਲਜ ਜਾਣਾ ਔਰ ਉਹ ਵਿਲਿੰਗ ਸੀਗੀ ਕਿ ਉਹਨੇ ਵੀ ਸੀ ਯੂ ਕਾਲਜ ਜਾਣਾ ਅਤੇ ਸਾਡੇ ਨਾਲ ਐਕਚੁਅਲੀ ਆਲਰੇਡੀ ਫਸਟ ਕਾਲਰ ਆਲਰੇਡੀ ਜੁੜ ਵੀ ਗਏ ਨੇ ਅਤੇ ਲੈਟਸ ਸੀ ਕਿ ਉਹ ਕੀ ਕਹਿੰਦੇ ਨੇ ਸਾਨੂੰ ਅਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੈਗੇ ਹੋ ਕੀ ਹਾਲ ਚਾਲ ਨੇ ਪਹਿਲਾਂ ਤਾਂ ਆਪਣਾ ਨਾਮ ਦੱਸੋ ਔਰ ਹੈਲੋ ਕੈਨ ਯੂ ਹੇਅਰ ਮੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀਤੀ ਕੀ ਹਾਲ ਹੈ ਮੈਂ ਠੀਕ ਠਾਕ ਤੁਸੀਂ ਸੁਣਾਓ ਮੈਂ ਆਵਾਜ਼ ਤੋਂ ਪਛਾਣ ਲਿਆ ਤੇ ਹੁਣ ਦੱਸ ਕਿ ਕਿਸ ਤਰ੍ਹਾਂ ਅੱਜ ਤੇ ਵੈਦਰ ਬੜਾ ਸੋਹਣਾ ਬੜਾ ਇੰਜੋਏ ਕਰ ਰਹੀ ਹੋਏਗੀ ਅੱਜ ਤੇ ਮਦਰ ਕਿੰਨਾ ਕੁ ਹਾਰਡ ਹੈ ਸਤਿ ਸ਼੍ਰੀ ਅਕਾਲ ਜੀਤੀ ਮੈਂ ਕੁਲਦੀਪ ਬੋਲ ਰਿਹਾ ਠੀਕ ਠਾਕ ਠੀਕ ਠਾਕ ਰੀਜ਼ਨ ਤੇਰੇ ਤੋਂ ਇਹ ਸਵਾਲ ਇਸ ਕਰਕੇ ਪੁੱਛਿਆ ਗਿਆ ਕਿਉਂਕਿ ਤੇਰਾ ਮੁੰਡਾ ਆਲਰੇਡੀ ਕਾਲਜ ਚਲਾ ਗਿਆ ਨਾ ਅਤੇ ਐਤਕੀ ਸਾਦਗੀ ਨੂੰ ਮੈਂ ਦੱਸ ਰਿਹਾ ਸੀ ਤੇਰੀ ਕਾਲ ਆ ਗਈ ਕਿ ਸਾਦਗੀ ਨੂੰ ਵੀ ਸੀ ਯੂ 'ਚ ਐਡਮਿਸ਼ਨ ਮਿਲ ਗਿਆ ਥੈਂਕ ਯੂ ਸੋ ਮੈਂ ਉਹਨੂੰ ਮੈਂ ਉਹਨੂੰ ਐਸੇ ਫਾਦਰ ਪੁਸ਼ ਕਰ ਰਿਹਾ ਸੀਗਾ ਕਿ ਤੂੰ ਮੇਸਨ ਚਲੀ ਜਾ ਇਸੇ ਬਹਾਨੇ ਰੋਜ਼ ਕਰੇ ਆ ਜਾਇਆ ਕਰੇਗੀ ਰੋਟੀ ਪਾਣੀ ਕਰਦਿਆਂ ਖਾ ਲਿਆ ਕਰੇਗੀ ਗੱਡੀ ਗੁੱਡੀ ਵੀ ਕਰਦੀ ਹੋ ਜਾਏਗੀ ਤੇ ਤੇਰਾ ਕੀ ਵਿਚਾਰ ਹੈ ਇਸ ਬਾਰੇ ਵੀਰ ਜੀ ਇਹ ਡਿਪੈਂਡ ਕਰਦਾ ਕਿ ਬੱਚੇ ਕੀ ਕਰਨਾ ਚਾਹੁੰਦੇ ਹਰ ਕਾਲਜ ਦਾ ਆਪਣਾ ਆਪਣਾ ਸਿਸਟਮ ਹੁੰਦਾ ਲੋਕਲ ਵੀ ਅੱਛੇ ਨੇ ਬਟ ਅਗਰ ਵੀਸੀਯੂ ਜਾ ਰਹੀ ਹੈ ਤਾਂ ਇਟਸ ਆਲਸੋ ਵੈਰੀ ਨਾਈਸ ਕਿਉਂਕਿ ਡਿਪੈਂਡ ਕਰਦਾ ਕਿ ਉਹ ਕਿਹੜਾ ਮੇਜਰ ਕਰਨਾ ਚਾਹੁੰਦੀ ਹੈ ਮੈਨੂੰ ਪਤਾ ਲੱਗਿਆ ਕਿ ਸਾਦਗੀ ਮੈਡੀਕਲ ਜਾਣਾ ਚਾਹੁੰਦੀ ਹੈ ਤਾਂ ਆਈ ਥਿੰਕ ਵੀਸੀਯੂ ਇਜ਼ ਦ ਬੈਸਟ ਹਾਂ ਲੇਕਿਨ ਐਸੇ ਫਾਦਰ ਪਹਿਲਾਂ ਜਦੋਂ ਤੈਨੂੰ ਸੱਚ ਦੱਸਾਂ ਜਦੋਂ ਪਹਿਲਾਂ ਲੈਟਰ ਮਿਲਿਆ ਤੇ ਮੈਂ ਔਰ ਸਾਦਗੀ ਬੜਾ ਨੱਚੇ ਉਸ ਤੋਂ ਬਾਅਦ ਮੈਂ ਇੱਕ ਸੈਕਿੰਡ ਲਈ ਰੁਕ ਗਿਆ ਔਰ ਮੈਂ ਸੋਚਿਆ 6 ਮਹੀਨੇ ਰਹਿ ਗਏ ਇਹਨੇ ਚੱਲ ਜਾਣਾ ਔਰ ਉਹ ਸੋਚ ਵਿਚਾਰ ਮਨ 'ਚ ਕਦੀ ਉੱਪਰ ਕਦੀ ਥੱਲੇ ਈਵਨ ਕਿ ਮੈਂ ਦੋਸਤਾਂ ਯਾਰਾਂ ਛੱਡ ਮੈਂ ਆਪਣੇ ਡਾਕਟਰ ਤੱਕ ਨੂੰ ਪੁੱਛ ਲਿਆ ਮੈਂ ਕਿਹਾ ਇੰਝ ਕਰਕੇ ਉਹ ਜਾਣਾ ਚਾਹੁੰਦੀ ਹੈ ਔਰ ਮੇਰਾ ਦਿਲ ਹੈ ਕਿ ਇੱਥੇ ਇੱਥੇ ਰਹੇ ਅਤੇ ਮੈਨੂੰ ਡਾਕਟਰ ਨੇ ਬੜਾ ਅੱਛਾ ਜਵਾਬ ਦਿੱਤਾ ਕਹਿੰਦਾ ਦੇਖ ਉਹ ਕੀ ਕਰਨਾ ਚਾਹੁੰਦੀ ਮੈਂ ਕਿਹਾ ਉਹ ਮੈਡੀਕਲ 'ਚ ਜਾਣਾ ਚਾਹੁੰਦੀ ਹੈ ਅਤੇ ਉਹ ਕਹਿੰਦਾ ਕਿ ਜਿੱਥੇ ਜਾਣਾ ਚਾਹੁੰਦੀ ਉੱਥੇ ਭੇਜ ਦੇ ਕਈ ਵਾਰੀ ਬੱਚੇ ਕਿਤੇ ਹੋਰ ਜਾ ਕੇ ਨਾ ਉਹਨਾਂ ਦਾ ਮਾਇੰਡ ਬਦਲ ਜਾਂਦਾ ਬਿਲਕੁਲ ਮੈਂ ਮੇਰੇ ਹਿਸਾਬ ਨਾਲ ਮੈਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਸਾਦਗੀ ਦੀ ਵੀਸੀਯੂ ਦੀ ਗੱਲ ਕਰ ਰਹੇ ਹਰਸ਼ ਜਦੋਂ ਹਰਸ਼ ਨੇ ਵੀ ਫਾਰਮ ਭਰੇ ਸੀਗੇ ਅਲੱਗ ਅਲੱਗ ਕਾਲਜ ਦੇ ਤੇ ਉਹ ਤਿੰਨ ਯੂਨੀਵਰਸਿਟੀ ਦੇ ਵਿੱਚ ਸਿਲੈਕਟ ਹੋਇਆ ਸੀ ਪ੍ਰਿੰਸਟਨ ਚ ਹੋਇਆ ਸੀ ਵਿਲੀਅਮ ਐਂਡ ਮੇਰੀ ਚ ਐਂਡ ਜੋਰਜ ਮੇਸਨ ਚ ਸੋ ਮੈਂ ਬੜੀ ਖੁਸ਼ ਹੋਈ ਕਿ ਚਲੋ ਪ੍ਰਿੰਸਟਨ ਚ ਹੋ ਗਿਆ ਬੜਾ ਉਹ ਵੈਲ ਨੋਨ ਦਿਸ ਐਂਡ ਦੈਟ ਕਾਲਜ ਹੈਗਾ ਬਹੁਤ ਰਿਸਰਚ ਕੀਤਾ ਬਟ ਇਵੈਂਚੁਅਲੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਸਾਦਗੀ ਦੇ ਜਾਣ ਦਾ ਟਾਈਮ ਆ ਗਿਆ ਮੈਨੂੰ ਲੱਗ ਰਿਹਾ ਕਿ ਐਜ਼ ਏ ਫਾਦਰ ਤੁਸੀਂ ਮਤਲਬ ਉਹ ਸੋਚ ਰਹੇ ਹੋ ਕਿ ਹਾਏ ਮੇਰੀ ਬੱਚੀ ਨੇ ਚਲ ਜਾਣਾ ਹੈ ਦੂਰ ਚਾਹੇ ਕਾਲਜ 'ਚ ਜਾ ਰਹੇ ਨੇ ਸੇਮ ਥਿੰਗ ਹੈਪਨ ਵਿਦ ਮੀ ਫਿਰ ਮੈਂ ਬੜਾ ਡਿਸਕਸ ਕੀਤਾ ਹਰਸ਼ ਦੇ ਨਾਲ ਪੁੱਛਿਆ ਉਹਨੂੰ ਕਿ ਮਤਲਬ ਤੂੰ ਜੇ ਜਾਣਾ ਹੈ ਬਾਹਰ ਤਾਂ ਕਿਸ ਤਰ੍ਹਾਂ ਲੱਗੇਗਾ ਜਾਂ ਮੇਰੇ ਬਾਰੇ ਮਤਲਬ ਅਸੀਂ ਐਜ਼ ਏ ਮਦਰ ਮੈਂ ਮਤਲਬ ਸੋਚ ਰਹੀ ਹਾਂ ਕਿ ਤੈਨੂੰ ਇੱਥੇ ਯੂਨੀਵਰਸਿਟੀ 'ਚ ਲੈ ਲੈਣਾ ਚਾਹੀਦਾ ਕਿਉਂਕਿ ਪੜ੍ਹਨ ਵਾਲੇ ਬੱਚੇ ਜਿਹੜੇ ਹੁੰਦੇ ਨੇ ਆਈ ਮੀਨ ਇਹ ਡਿਪੈਂਡ ਡੈਫੀਨੇਟਲੀ ਕਰਦਾ ਇੱਕ ਯੂਨੀਵਰਸਿਟੀ ਦੇ ਉੱਤੇ ਇਹ ਮੈਂ ਨਹੀਂ ਕਵਾਂਗੀ ਕਿਉਂਕਿ ਪੜ੍ਹਾਈ ਦਾ ਕਈ ਕਈ ਚੀਜ਼ਾਂ ਇੱਕ ਯੂਨੀਵਰਸਿਟੀ 'ਚ ਹੁੰਦੀਆਂ ਨੇ ਕਈ ਦੂਸਰੀ 'ਚ ਬੈਟਲ ਹੁੰਦੀਆਂ ਨੇ
ਬਟ ਅਗਰ ਜੋ ਹਰਸ਼ ਨੇ ਕਰਨਾ ਸੀਗਾ ਉਹ ਜੋਰਜ ਮੇਸਨ ਦੇ ਵਿੱਚ ਵੀ ਸੀ, ਉਹ ਪ੍ਰਿੰਸਟਨ ਚ ਵੀ ਸੀ, ਸੋ ਮੈਂ ਐਜ ਏ ਮਦਰ ਡਿਸਾਈਡ, ਮੈਂ ਉਹਨੂੰ ਕਿਹਾ ਕਿ ਤੂੰ ਦੱਸ ਕੀ ਕਰਨਾ ਚਾਹੁੰਦਾ, ਤੇ ਉਹ ਕਹਿੰਦਾ ਮਾਮ ਤੁਸੀਂ ਦੱਸੋ ਕੀ ਕਰਨਾ ਚਾਹੁੰਦਾ, ਬੱਚਿਆਂ ਵਾਸਤੇ ਵੀ ਔਰ ਪੇਰੈਂਟਸ ਵਾਸਤੇ ਵੀ ਇਹ, ਮਤਲਬ ਮੈਂ ਇੱਕ ਹਰਸ਼ ਦੀ ਐਗਜ਼ਾਮਪਲ ਆ ਰਹੀ, ਆਪਣੇ ਹੋਰ ਵੀ ਜਿੰਨੇ ਫਰੈਂਡਸ ਹੈਗੇ ਆ ਉਹਨਾਂ ਦੇ ਵੀ ਜਿੰਨੇ ਬੱਚੇ ਹੈਗੇ ਉਹ ਵੀ ਮਤਲਬ ਉਹ ਚਾਹੁੰਦੇ ਆ ਕਿ ਅਸੀਂ ਮਤਲਬ ਯੂਨੀਵਰਸਿਟੀ ਚ ਜਾਈਏ, ਅਸੀਂ ਵੀ ਐਕਸਪਲੋਰ ਕਰੀਏ ਡਿਫਰੈਂਟ ਡਿਫਰੈਂਟ ਚੀਜ਼ਾਂ, ਔਰ ਉਹ ਆਪਣੇ ਆਪਣੇ ਨਜ਼ਰੀਏ ਨਾਲ ਸੋਚਦੇ ਨੇ, ਔਰ ਵਿਚ ਇਜ਼ ਰਾਈਟ, ਮਤਲਬ ਉਹਦੇ ਚ ਕੋਈ ਬੁਰਾਈ ਨੀ ਹੈਗੀ, ਆਪਾਂ ਪੇਰੈਂਟਸ ਐਜ ਏ ਕਿਉਂਕਿ ਆਪਾਂ ਬਹੁਤ ਇਮੋਸ਼ਨਲ ਹੁੰਦੇ ਹਾਂ, ਆਪਾਂ ਆਪਣੇ ਹਿਸਾਬ ਨਾਲ ਸੋਚਦੇ ਹਾਂ, ਬਟ ਅਗਰ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਸਾਦਗੀ ਦੀ ਐਗਜ਼ਾਮਪਲ ਲੈ ਰਹੇ ਹੋ, ਆਈ ਥਿੰਕ ਸ਼ੀ ਇਜ਼ ਬ੍ਰਿਲੀਅੰਟ, ਔਰ ਬਹੁਤ ਅੱਛਾ ਕਰੇਗੀ ਉਹ ਡੀਸੀਜੀ ਚ ਜਾਏਗੀ, ਐਂਡ ਅਗਰ ਉਹ ਜੋਰਜ ਮੇਸਨ ਚ ਵੀ ਜਾਏਗੀ ਆਈ ਥਿੰਕ ਉੱਥੇ ਵੀ ਬਹੁਤ ਅੱਛਾ ਕਰੇਗੀ, ਹੁਣ ਇਹ ਡਿਪੈਂਡ ਕਰਦਾ ਕਿ ਮਤਲਬ ਕਿ ਪ੍ਰੈਫਰੈਂਸ ਕਿਹੜੀ ਚੀਜ਼ ਦੀ ਹੈਗੀ ਹੈ, ਉਹ ਤੇ ਦਿਨ ਗਿਣ ਰਹੀ ਹੈ ਜੀਤੀ ਅੱਛਾ ਉਧਰ ਉਹ ਦਿਨ ਗਿਣ ਰਹੀ ਹੈ, ਇਧਰ ਮੈਂ ਦਿਨ ਗਿਣ ਰਿਹਾ, ਦੋ ਹੀ ਦਿਨ ਗਿਣ ਰਿਹਾ ਮਤਲਬ ਜਿੱਤੀ ਇਹ ਦੇਖ ਲੈ, ਮੈਂ ਰਿਚਮੰਡ ਦੀ ਪੂਰੀ ਰਿਸਰਚ ਕਰ ਲਈ, ਕਿੰਨਾ ਕ੍ਰਾਈਮ ਰੇਟ ਹੈ, ਕਿੱਥੇ ਬੱਸਾਂ ਚੱਲਦੀਆਂ ਨੇ, ਸਾਰੀ ਪਤਾ ਕਰਕੇ ਬੈਠਾ ਹੋਇਆ ਮੈਂ। ਸੋ ਇਹ ਵੀਰ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕਾਲਜ ਦੇ ਉੱਤੇ ਵੀ ਡਿਪੈਂਡ ਕਰਦਾ, ਇਹ ਗੱਲਾਂ ਮੈਂ ਵੀ ਸੋਚਦੀ ਹੁੰਦੀ ਹਾਂ ਕਿ ਜਦੋਂ ਬੱਚੇ ਬਾਹਰ ਪੜ੍ਹਦੇ ਆ ਉਹਨਾਂ ਦੀ ਆਪਾਂ ਨੂੰ ਹਮੇਸ਼ਾ ਧਿਆਨ ਚ ਰਹਿੰਦਾ ਕਿ ਉਹਨਾਂ ਦੀ ਸਿਕਿਉਰਿਟੀ ਠੀਕ ਹੈ, ਬੱਚੇ ਉੱਥੇ ਸਿਕਿਉਰ ਨੇ, ਸਿਰਫ ਪੜ੍ਹਾਈ ਪੜ੍ਹਾਈ ਨੀ ਦੇਖਦੀ ਹੈਗੀ, ਆਪਾਂ ਹੋਰ ਵੀ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ, ਔਰ ਇਸੇ ਲਈ ਮੈਂ ਅਗਰ ਸੋਚਿਆ ਤਾਂ ਮੈਂ ਤਾਂ ਇਹ ਕਹੂੰਗੀ ਕਿ ਲੋਕਲ ਹੋਣੇ ਚਾਹੀਦੇ ਆ ਕਿਉਂਕਿ ਉਹ ਆਪਣੇ ਅੱਖਾਂ ਦੇ ਸਾਹਮਣੇ ਹੈ, ਬਟ ਹੁਣ ਇਹ ਸੋਚ ਕੇ ਆਪਾਂ ਮਤਲਬ ਬੱਚਿਆਂ ਨੂੰ ਬੰਦ ਵੀ ਨਹੀਂ ਕਰ ਸਕਦੇ, ਇਹ ਵੀ ਪ੍ਰੋਬਲਮ ਹੈਗੀ ਆ, ਦੋਨੇ ਚੀਜ਼ਾਂ ਹੀ ਨੇ। ਚਲੋ ਜੀਤੀ, ਤੁਸੀਂ ਬਹੁਤ ਬਹੁਤ ਥੈਂਕ ਯੂ, ਤੁਸੀਂ ਬਹੁਤ ਅੱਛੀ ਫਾਦਰ ਨੂੰ ਸਪੋਰਟ ਕੀਤੀ, ਇੱਕ ਭੈਣ ਨੇ ਬਹੁਤ ਵਧੀਆ ਭਰਾ ਨੂੰ ਸਪੋਰਟ ਕੀਤੀ ਹੈ, ਲੇਕਿਨ ਮੈਂ ਹਾਲੇ ਵੀ ਸੋਚ ਵਿਚਾਰ ਕਰ ਰਿਹਾ ਇਸ ਬਾਰੇ। ਨਹੀਂ ਨਹੀਂ ਅਗਰ ਅਗਰ ਵੈਸੇ ਇੱਕ ਗੱਲ ਦੱਸੋ ਵੀਰ ਜੀ, ਹਰਸ਼ ਨੇ ਜਦੋਂ ਪਹਿਲੀ ਵਾਰ ਜੋਰਜ ਮੇਸਨ ਗਿਆ ਤਾਂ ਉਹਨੂੰ ਪਹਿਲੇ 2 ਦਿਨ ਚੰਗਾ ਨਹੀਂ ਲੱਗਿਆ, ਮੈਂ ਪਹਿਲੇ 2 ਦਿਨ ਕੀ ਹਫ਼ਤਾ ਨਹੀਂ ਉਹਨੂੰ ਚੰਗਾ ਲੱਗਿਆ, ਬਟ ਆਈ ਥਿੰਕ ਜਦੋਂ ਤੁਸੀਂ ਸਲੋਲੀ ਸਲੋਲੀ ਉਸ ਚੀਜ਼ ਦੇ ਵਿੱਚ ਐਡਜਸਟ ਹੋਣਾ ਸ਼ੁਰੂ ਕਰਦੇ, ਤੁਸੀਂ ਯੂ ਸਟਾਰਟ ਲਵਿੰਗ ਇਟ। ਹੁਣ ਉਹ ਇੰਨਾ ਜ਼ਿਆਦਾ ਐਕਸਾਈਟਿਡ ਹੈਗਾ ਕਿ ਉਹ ਦਿਨ ਗਿਣ ਰਿਹਾ ਸੀ ਕਿ ਕਦੋਂ ਮੇਰਾ ਸਮੈਸਟਰ ਸ਼ੁਰੂ ਹੋ ਗਿਆ ਔਰ ਮੈਂ ਮਤਲਬ ਬੈਕ ਟੂ ਕਾਲਜ ਜਾਵਾਂ। ਸੋ ਮੇਰੇ ਖਿਆਲ ਨਾਲ ਇਹ ਵੀ ਇੱਕ ਐਕਸਪੈਰੀਮੈਂਟ ਹੁੰਦਾ ਬੱਚਿਆਂ ਵਾਸਤੇ ਕਿ ਅਗਰ ਉਹ ਕੋਸ਼ਿਸ਼ ਕਰਨ, ਹੋ ਸਕਦਾ ਇੱਥੇ ਵੀ ਉਹਨਾਂ ਨੂੰ ਉਹ ਤੋਂ ਵੀ ਬੈਟਰ ਆਪਸ਼ਨ ਮਿਲ ਸਕਦੀ ਹੈ। ਹੋ ਸਕਦਾ ਹੋ ਸਕਦਾ। ਲਓ ਜੀ, ਥੈਂਕ ਯੂ ਸੋ ਮੱਚ ਬਲਜੀਤ ਕਾਲ ਕਰਨ ਵਾਸਤੇ, ਬਹੁਤ ਬਹੁਤ ਮਿਹਰਬਾਨੀ, ਐਂਡ ਆਲ ਦਾ ਬੈਸਟ ਫੋਰ ਸਾਦਗੀ। ਓਕੇ, ਥੈਂਕ ਯੂ ਸੋ ਮੱਚ, ਥੈਂਕ ਯੂ, ਬਾਏ। ਤੁਸੀਂ ਸੋਚੋਗੇ ਕਿ ਕੈਸਾ ਆਪਣੇ ਬੱਚੇ ਦਾ ਹੀ ਇਗਜ਼ਾਮਪਲ ਦੇ ਕੇ ਤੁਸੀਂ ਇਹ ਸਾਹਮਣੇ ਆ ਗਏ ਨੇ। ਦੇਖੋ, ਹਰ ਘਰ 'ਚ ਹਰ ਪੇਰੈਂਟਸ ਨਾਲ ਇਹ ਸਿਚੁਏਸ਼ਨ ਜਾਂ ਆ ਗਈ ਹੈ ਜਾਂ ਆਉਣੀ ਹੈ ਜਾਂ ਆਏਗੀ। ਸੋ ਜਿਵੇਂ ਅਸੀਂ ਸੋਚ ਰਹੇ ਹਾਂ ਤੁਹਾਡੇ ਨਾਲ, ਬੇਸਿਕਲੀ ਵੀ ਆਰ ਸ਼ੇਅਰਿੰਗ ਵਿਦ ਯੂ, ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਫੇਸਬੁੱਕ ਇਹ ਸਾਡਾ ਪਰਿਵਾਰ ਹੈ। ਸੋ ਅੱਜ ਅਸੀਂ ਮਾਈ ਟੀਵੀ ਦੇ ਰਾਹੀਂ ਤੁਹਾਡੇ ਨਾਲ ਆਪਣੀ ਫੀਲਿੰਗ ਸ਼ੇਅਰ ਕਰ ਰਹੇ ਹਾਂ, ਜੋ ਦਿਮਾਗ 'ਚ ਸਾਡੇ ਉਸ ਵਕਤ ਥੋਟ ਪ੍ਰੋਸੈਸ ਆਏ ਕਿ ਅਸੀਂ ਸੋਚਿਆ ਕਿ ਇੰਝ ਹੀ ਜਿਹੜੇ ਦੇਸੀ ਪੇਰੈਂਟਸ ਨੇ ਉਹਨਾਂ ਦੇ ਦਿਮਾਗ ਦੇ ਵਿੱਚ, ਮੈਂ ਤਾਂ ਸੋਚ ਰਹੀ ਹਾਂ ਕਿ ਜਿਹੜੇ ਦੇਸੀ ਕਿਉਂ ਗੋਰਿਆਂ ਦੇ ਵੀ ਇੱਦਾਂ ਦਿਮਾਗ 'ਚ ਆਉਂਦੇ ਹੋਣਗੇ ਕਿ ਬੱਚਾ ਸਾਡੇ ਤੋਂ ਦੂਰ ਨਾ ਜਾਵੇ, ਬੜੇ ਸਾਰੇ ਰੀਜ਼ਨ ਹੋ ਸਕਦੇ ਨੇ। ਕੁੜੀਆਂ ਦੇ ਕਈ ਵੀ ਰੀਜ਼ਨ ਹੁੰਦਾ ਕਿ ਸਾਨੂੰ ਲੱਗਦਾ ਕਿ ਸੇਫਟੀ ਪੱਖੋਂ ਕਿ ਕੁੜੀ ਸਾਡੀ ਸੇਫ ਰਹੇਗੀ, ਜਾਂ ਕਿਸੇ ਮੁੰਡੇ ਲਈ ਵੀ ਅੱਜ ਕੱਲ੍ਹ ਤਾਂ ਟਾਈਮ ਐਸਾ ਆ ਗਿਆ ਕਿ ਕਿਸੇ ਗਲਤ ਸੰਗਤ 'ਚ ਨਾ ਪੈ ਜਾਣ, ਐਲਕੋਹਲ ਨਾ ਪੀਣ ਲੱਗ ਪੈਣ, ਜਾਂ ਪਾਰਟੀਆਂ ਹੀ ਨਾ ਕਰਦੇ ਰਹਿ ਜਾਣ। ਸੋ ਇਸ ਤਰ੍ਹਾਂ ਦੀ ਬਹੁਤ ਸਾਰੀ ਗੱਲਾਂ ਦਿਮਾਗ 'ਚ ਆਉਂਦੀਆਂ ਨੇ, ਔਰ ਅਸੀਂ ਪ੍ਰਦੇਸ਼ 'ਚ ਬੈਠੇ ਹਾਂ, ਹਿੰਦੁਸਤਾਨ ਤੋਂ ਆ ਕੇ ਅਸੀਂ ਇੱਥੇ ਵਸੇ ਹਾਂ, ਔਰ ਇਹ ਕੰਟਰੀ ਅਪਰਚੁਨਿਟੀ ਦੀ ਕੰਟਰੀ ਹੈ, ਲੇਕਿਨ ਉਹਨਾਂ ਵਾਸਤੇ ਜਿਹੜਾ ਵਰਕ ਹਾਰਡ ਕਰਦਾ, ਅਤੇ ਸਾਨੂੰ ਬਸ ਇਹੀ ਦਿਮਾਗ ਦੇ ਵਿੱਚ ਹੈ। ਔਰ ਇਸੇ ਕੰਟਰੀ ਦੇ ਵਿੱਚ ਜਿੱਥੇ ਬਹੁਤ ਅਪਰਚੁਨਿਟੀਜ਼ ਨੇ ਅੱਛੀ ਚੀਜ਼ਾਂ ਵਾਸਤੇ, ਉਨੇ ਹੀ ਅਪਰਚੁਨਿਟੀਜ਼ ਜਾਂ ਮੋਰ ਦੈਨ ਦੈਟ ਅਪਰਚੁਨਿਟੀਜ਼ ਨੇ ਬੈਡ ਬਣਨ ਵਾਸਤੇ। ਇਹ ਤਾਂ ਹਰ ਹਰ ਪਾਸੇ ਹੈ, ਹਰ ਕੰਟਰੀ 'ਚ ਇਹੀ ਹੈ। ਇਹ ਐਂਡ ਆਫ ਦਾ ਡੇ ਉੱਥੇ ਆ ਜਾਂਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹੀ ਤਾਲੀਮ ਦਿੱਤੀ ਹੈ, ਸੱਭਿਅਤਾ ਕੈਸਾ ਹੈ, ਸੰਸਕਾਰ ਕੈਸੇ ਨੇ, ਐਂਡ ਆਫ ਦਾ ਡੇ ਸਾਰਾ ਕੁਛ ਉੱਥੇ ਹੀ ਆ ਜਾਂਦਾ ਹੈਗਾ। ਇੱਕ ਛੋਟੀ ਜਿਹੀ ਗੱਲ ਕਰਨਾ, ਜਦੋਂ ਪਹਿਲਾਂ ਸਾਡੇ ਟਾਈਮ 'ਤੇ 18 ਸਾਲ ਦੀ ਕੁੜੀ ਹੋ ਜਾਂਦੀ ਸੀ ਅਤੇ ਅਸੀਂ ਉਹਦਾ ਵਿਆਹ ਕਰ ਦਿੰਦੇ ਸੀ, ਅਸੀਂ ਵਿਆਹ ਕਰਦੇ ਸੀ ਕਿ ਹੁਣ ਇਹ ਅੱਛੇ ਘਰ 'ਚ ਜਾਏਗੀ, ਅੱਛੇ
ਕੋਸ਼ਿਸ਼ ਕਰਦੀ ਕਿ ਅੱਛੇ ਘਰ 'ਚ ਐਟਲੀਸਟ ਇਹਨੂੰ ਕੁਛ ਕਰਨਾ ਨਾ ਪਵੇ, ਸੁਖੀ ਰਵੇ। ਅੱਜ ਸਮਾਂ ਐਸਾ ਆ ਗਿਆ ਕਿ ਜਦੋਂ ਕੁੜੀ 18 ਸਾਲ ਦੀ ਹੋ ਜਾਂਦੀ ਅਸੀਂ ਉਹਦੇ ਲਈ ਵਧੀਆ ਕਾਲਜ ਲੱਭਣੇ, ਅਸੀਂ ਕਹਿੰਦੇ ਕਿ ਬੇਟਾ 4 ਸਾਲ ਇੱਥੇ ਪੜ੍ਹੋ, ਕਹਿੰਦੀ ਡੈਡੀ ਮੈਂ 8 ਸਾਲ ਦੀ ਪੜ੍ਹਾਈ। ਅਸੀਂ ਇਸ ਪਾਸੇ ਤੁਰ ਰਹੇ ਹਾਂ ਕਿ ਸਾਡਾ ਜਿਹੜਾ ਬੱਚਾ ਹੈ, ਚਾਹੇ ਕੁੜੀ ਹੈ ਚਾਹੇ ਮੁੰਡਾ ਹੈ, ਉਹ ਇੰਨਾ ਡਿਪੈਂਡੈਂਟ ਆਪਣੇ ਆਪ 'ਤੇ ਹੋਵੇ। ਲਓ ਜੀ, ਕੁਲਦੀਪ ਵਿੱਚ ਅਸੀਂ ਕਿਉਂਕਿ ਕਾਲ ਲੈ ਰਹੇ ਹਾਂ ਅੱਜ ਬਹੁਤ ਸਾਰੀਆਂ, ਔਰ ਕੋਸ਼ਿਸ਼ ਇਹੀ ਹੈ ਕਿ ਸਾਰਿਆਂ ਦੇ ਵਿਚਾਰ ਅਸੀਂ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੈਗੇ ਹੋ। ਸਤਿ ਸ਼੍ਰੀ ਅਕਾਲ ਮੋਹਨੀ ਐਂਡ ਕੁਲਦੀਪ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਠੀਕ ਹਾਂ, ਤੁਸੀਂ ਕਿੱਦਾਂ? ਬਸ ਵਧੀਆ ਜੀ, ਠੀਕ ਠਾਕ। ਤੇ ਅਸੀਂ ਹੁਣ ਫੇਸਬੁੱਕ ਲਾਈਵ ਤੇ ਹੈਗੇ ਆ ਭੈਣ ਜੀ, ਔਰ ਮੈਂ, ਤੁਸੀਂ ਬਿਊਟੀਫੁਲ ਕਿਡਸ ਦੀ ਮਦਰ ਹੈਗੇ ਹੋ ਔਰ ਵਿਆਹੇ ਗਏ ਨੇ, ਤੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਜਦੋਂ ਕਾਲਜ ਦੇ ਵਿੱਚ ਜਾਣ ਦਾ ਉਹਨਾਂ ਦਾ ਟਾਈਮ ਆਇਆ, ਤੇ ਕੀ ਦਿਲ 'ਚ ਤੁਹਾਡੇ ਵਿਚਾਰ ਉੱਠੇ ਕਿ ਬੱਚਾ ਹੁਣ ਕਾਲਜ 'ਚ ਚਲਾ ਜਾਏਗਾ, ਦੂਰ ਚਲਾ ਜਾਏਗਾ? ਕੁਛ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ, ਜਿਹੜੀ ਸਾਡੀਆਂ ਹੋਰ ਮਾਵਾਂ ਨੇ, ਥੋੜਾ ਜਿਹਾ ਉਹਨਾਂ ਨੂੰ ਵੀ ਹੌਸਲਾ ਮਿਲੇ। ਯਾ, ਮੇਰੇ ਵਿਚਾਰ ਦੇ ਵਿੱਚ ਇਹ ਵੀ ਕਿ ਜਦੋਂ ਬੱਚਾ ਹਾਈ ਸਕੂਲ ਤੋਂ ਬਾਅਦ ਜਦੋਂ ਤਿਆਰ ਹੁੰਦਾ ਹੈ ਕਾਲਜ ਜਾਣ ਲਈ, ਆਈ ਥਿੰਕ ਸਾਨੂੰ ਬੱਚਿਆਂ ਨੂੰ ਡੈਫੀਨੇਟਲੀ ਸਪੋਰਟ ਕਰਨੀ ਚਾਹੀਦੀ ਆ, ਕਿਉਂਕਿ ਬੱਚੇ, ਅਸੀਂ ਸੋਚਦੇ ਹਾਂ ਵੀ ਬੱਚੇ ਜਿਹੜੇ ਨੇ ਉਹ ਬੱਚੇ ਆਪਾਂ ਉਹ ਬਹੁਤ ਜ਼ਿਆਦਾ ਸਿਆਣੇ ਹੁੰਦੇ ਆ, ਸਾਨੂੰ ਬੱਚਿਆਂ ਨੂੰ ਟ੍ਰੀਟ ਉਸੇ ਤਰ੍ਹਾਂ ਕਰਨਾ ਚਾਹੀਦਾ ਜਿਵੇਂ ਕਿ ਯੂ ਨੋ ਲਾਈਕ ਜਿਵੇਂ ਆਪਾਂ ਨੂੰ ਇਸ ਤਰ੍ਹਾਂ ਲੱਗਣਾ ਚਾਹੀਦਾ ਜੇ ਬੱਚੇ ਅਜੇ ਵੀ ਸਾਡੇ ਲਈ ਛੋਟੇ ਆ, ਕਿਉਂਕਿ ਮਾਂ ਪਿਓ ਜਿੰਨੇ ਮਰਜ਼ੀ ਬਜ਼ੁਰਗ ਹੋਣ, ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ, ਬੱਚੇ ਬੱਚੇ ਹੀ ਹੁੰਦੇ ਆ। ਕਿਉਂਕਿ ਬੱਚਿਆਂ ਨੂੰ ਅਸੀਂ ਸਿੱਖਿਆ ਦੇਵਾਂਗੇ, ਬੱਚਿਆਂ ਚੰਗੀ ਤਰ੍ਹਾਂ ਕਹਾਂਗੇ ਤੁਸੀਂ ਸਕੂਲ ਜਾਣਾ ਆ, ਤੁਸੀਂ ਆਹ ਕਰਨਾ, ਕੱਲ੍ਹ ਨੂੰ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਪੜ੍ਹੋਗੇ, ਐਜੂਕੇਸ਼ਨ ਲਓਗੇ, ਫਿਰ ਤੁਹਾਡੀ ਜ਼ਿੰਮੇਵਾਰੀਆਂ ਵੀ ਵਧਣੀਆਂ, ਫਿਰ ਤੁਹਾਨੂੰ ਜੋਬ ਚੰਗੀਆਂ ਮਿਲਣਗੀਆਂ, ਫਿਰ ਤੁਸੀਂ ਜਿੱਥੇ ਵੀ ਜਾਂਦੇ ਜੇ ਤੁਹਾਡੀ ਇੱਜ਼ਤ ਮਾਣ ਹੁੰਦਾ, ਚੰਗੀਆਂ ਜੋਬ ਮਿਲਦੀਆਂ, ਤੇ ਆਪਣੀ ਲਾਈਫ ਚੰਗੀ ਤਰ੍ਹਾਂ ਸਪੈਂਡ ਕਰ ਸਕਦੇ। ਮੇਰੇ ਹਿਸਾਬ ਨਾਲ ਤੇ ਹਰ ਇੱਕ ਮਾਂ ਪਿਓ ਨੂੰ ਜਿੰਨਾ ਕੁ ਅਫੋਰਡ ਕਰ ਸਕਦੇ ਡੈਫੀਨੇਟਲੀ ਬੱਚਿਆਂ ਨੂੰ ਭੇਜਣਾ ਚਾਹੀਦਾ ਕਾਲਜ ਨੂੰ ਐਜੂਕੇਸ਼ਨ ਲੈਣ ਲਈ, ਕਿਉਂਕਿ ਐਜੂਕੇਸ਼ਨ ਦੇ ਨਾਲ ਬੱਚਾ ਬਹੁਤ ਕੁਝ ਸਿੱਖਦਾ। ਠੀਕ ਹੈ, ਚਲੋ ਇਹ ਤਾਂ ਇੱਕ ਹੋ ਗਈ ਪੁਆਇੰਟ। ਦੂਜਾ ਕਿ ਦੂਰ ਕਿਸੇ ਕਾਲਜ 'ਚ ਭੇਜਣਾ, ਜੇ ਬੱਚੇ ਦੂਰ ਜਾਣਾ ਚਾਹੁਣ ਤੇ ਉਹ ਸਾਡੇ ਵਰਗੀ ਮਾਵਾਂ ਦਾ ਦਿਲ ਕਰਦਾ ਕਿ ਨਹੀਂ ਨਹੀਂ ਤੂੰ ਨੇੜੇ ਚਲ ਜਾ, ਦੂਰ ਨਾ ਜਾ, ਦੂਰ ਜਾਣ ਨਾਲ ਪਤਾ ਨਹੀਂ ਦਿਮਾਗ 'ਚ ਹੋਰ ਬਥੇਰੀਆਂ ਚੀਜ਼ਾਂ ਆਉਂਦੀਆਂ ਨੇ ਵੀ ਆਹ ਨਾ ਕਰਨ ਲੱਗ ਪਏ, ਆਹ ਨਾ ਕਰਨ ਲੱਗ ਪਏ, ਤੇ ਉਹਦੇ 'ਚ ਕੀ ਕਰਨਾ ਚਾਹੀਦਾ? ਮੇਰੇ ਹਿਸਾਬ ਨਾਲ ਤੇ ਇਹ ਆ ਵੀ ਜੇ ਜਿਸ ਬੱਚੇ ਨੇ ਜਿਹਨੇ ਕੁਛ ਵੀ ਕਰਨਾ ਆ ਉਹ ਘਰ ਦੇ ਲਾਗੇ ਵੀ ਕਾਲਜ ਜਾ ਕੇ ਕੈਂਪਸ ਤੇ ਜਾ ਕੇ ਕਰ ਸਕਦਾ ਆ। ਮੇਰੇ ਹਿਸਾਬ ਨਾਲ ਇਹ ਤੇ ਨਹੀਂ ਹੈਗਾ ਵੀ ਬੱਚਾ ਜੇ ਤੁਸੀਂ ਆਪਣੇ ਤੋਂ ਦੂਰ ਭੇਜੋਗੇ, ਆਵਸ ਲਈ ਮਾਂ ਪਿਓ ਵੀ ਪੇਰੈਂਟਸ ਜਿਹੜੇ ਮਿਹਨਤ ਬੱਚਿਆਂ ਨੂੰ ਕਰਦੇ ਆ, ਜੇ ਉਹਨਾਂ ਨੂੰ ਚੰਗੀ ਤੁਸੀਂ ਐਜੂਕੇਸ਼ਨ ਦੇਣੀ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਸਮਝਾਉਣਾ ਆ, ਬੱਚੇ ਇੱਡੇ ਵੀ ਨਹੀਂ ਨਿਆਣੇ ਹੈਗੇ ਵੀ ਉਹਨਾਂ ਨੂੰ ਕੁਛ ਪਤਾ ਨਹੀਂ ਆ, ਕਿਉਂਕਿ ਈਵਨ ਬਾਏ ਦਾ ਟਾਈਮ ਤੋਂ ਹਾਈ ਸਕੂਲ ਦੇ ਵਿੱਚ ਬੱਚਿਆਂ ਨੂੰ ਸਭ ਕੁਛ ਪਤਾ ਹੁੰਦਾ, ਉਹ ਮਾਂ ਪੇਰੈਂਟਸ ਨੂੰ ਗਹਿਰੀ ਨੌਲੇਜ ਹੁੰਦੀ ਆ ਬੱਚਿਆਂ ਨੂੰ, ਤੇ ਜੇ ਦੂਰ ਚੱਲ ਵੀ ਜਾਂਦੇ ਆ, ਆਈ ਡੋਂਟ ਥਿੰਕ ਇਸ ਮਾਂ ਪਿਓ ਲਈ ਕੋਈ ਬਿਗ ਇਸ਼ੂ ਆ ਚਾਹੀਦਾ, ਵੀ ਜੇ ਬੱਚਾ ਪੜ੍ਹਨ ਵਾਲਾ ਆ, ਤੁਹਾਨੂੰ ਪਤਾ ਬੱਚਾ ਪੜ੍ਹਨ ਵਾਲਾ ਬੱਚਾ ਜਿੱਦ ਕਰਦਾ ਮੈਂ ਉਸੇ ਕਾਲਜ ਜਾਣਾ, ਮੈਂ ਉਸੇ ਯੂਨੀਵਰਸਿਟੀ ਜਾਣਾ, ਜੇ ਮਾਂ ਪਿਓ ਸਪੋਰਟ ਕਰ ਸਕਦੇ ਉਹਨਾਂ ਨੂੰ ਡੈਫੀਨੇਟਲੀ ਭੇਜਣਾ ਚਾਹੀਦਾ, ਕਿਉਂਕਿ ਇਹ ਨਹੀਂ ਆ ਵੀ ਜੇ ਕੋਈ ਫੋਰ ਐਗਜ਼ਾਮਪਲ ਜੇ ਇੱਕ ਦੋ ਫੈਮਿਲੀ ਦੇ ਵਿੱਚੋਂ ਕੋਈ ਬੱਚੇ 2 ਜਾਂ 4 ਜੀ ਹੋ ਗਏ ਬਾਹਰ ਜੀ, ਉਹ ਨਹੀਂ ਪੜ੍ਹ ਸਕੇ ਜਸ ਐਂਡ ਦੈਟ, ਕੋਈ ਨੀ, ਬਾਕੀ ਤੁਸੀਂ ਦੂਸਰੇ ਵੱਲ ਵੀ ਵੇਖੋ, ਤੁਸੀਂ ਮੈਜੋਰਿਟੀ ਜਿਹੜੇ ਬੱਚੇ ਆ ਉਹ ਸਿਆਣੇ ਆ, ਮੇਰਾ ਨੀ ਖਿਆਲ ਵੀ ਉਹ ਬਾਹਰ ਜਾ ਕੇ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਆ ਉਹਨਾਂ ਨੂੰ, ਕਿਉਂਕਿ ਮੈਂ ਕਾਫੀ ਵੇਖੇ ਆਪਣੀ ਕਮਿਊਨਿਟੀ ਦੇ ਵਿੱਚ ਬੱਚੇ ਜਿਹੜੇ ਕੁੜੀਆਂ ਲਾ ਲਓ ਮੁੰਡੇ ਲਾ ਲਓ ਏਸੀਐਮ ਆ, ਬਹੁਤ ਸੋਹਣੀ ਐਜੂਕੇਸ਼ਨ ਲੈ ਕੇ ਬਾਹਰ ਆਉਂਦੇ ਆ, ਤੇ ਬਾਕੀ ਪੇਰੈਂਟਸ ਨੂੰ ਵੀ ਪਤਾ ਹੁੰਦਾ ਹੈ ਵੀ ਬੱਚੇ ਕਿੱਥੋਂ ਤੱਕ ਵੀ ਇਹ ਕਿਹੜੀ ਜੇ ਕਿਹੜੀ ਲਾਈਨ ਦੇ ਵਿੱਚ ਜਾ ਸਕਦੇ ਆ, ਕਿਹੜੀ ਹੁੰਦਾ ਵੀ ਤੁਸੀਂ ਕੋਲ ਜਿਹੜੇ ਤੁਹਾਡੇ ਸਕੂਲ ਕਾਲਜ ਆ ਉਹ 'ਚ ਉਹਨਾਂ ਦੀ ਉਹ ਕਲਾਸਿਸ ਨਹੀਂ ਹੁੰਦੀ ਆ, ਤਾਂ ਤੁਹਾਨੂੰ ਭੇਜਣਾ ਪੈਂਦਾ, ਤੇ ਪੇਰੈਂਟਸ ਨੂੰ ਵੀ ਥੋੜਾ ਜਿਹਾ ਚਾਹੀਦਾ ਸਪੋਰਟ ਕਰਨਾ ਬੱਚਿਆਂ ਦੇ, ਚਾਹੁੰਦੇ ਇਹ ਨਹੀਂ ਵੀ ਬਿਲਕੁਲ ਕੰਟਰੋਲ ਨਹੀਂ ਬੱਚਿਆਂ ਦੇ ਉੱਤੇ ਕਰੋ, ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੀ ਲਾਈਫ ਆ, ਉਹਨਾਂ ਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ ਸਾਡੇ ਪੇਰੈਂਟਸ ਨੇ ਸਾਡੇ ਲਈ ਕੀ ਕੀਤਾ ਤੇ ਸਾਨੂੰ ਅੱਗੇ ਪੇਰੈਂਟਸ ਲਈ ਕੀ ਕਰਨਾ ਚਾਹੀਦਾ। ਸੋ ਇਹ ਬੋਥ ਸਾਈਡ ਤੋਂ ਹੈ ਬੇਸਿਕਲੀ, ਪੇਰੈਂਟਸ ਨੂੰ ਵੀ ਥੋੜਾ ਸਮਝੌਤਾ ਕਰਨਾ ਪੈਣਾ ਤੇ ਬੱਚਿਆਂ ਨੂੰ ਵੀ। ਹਾਂਜੀ, ਕਿਉਂਕਿ ਬੱਚੇ ਤਾਂ ਬੱਚੇ ਹੀ ਆ ਨਾ, ਪੇਰੈਂਟਸ ਨੇ ਤੇ ਆਵਸਲੀ ਪੇਰੈਂਟਸ ਦੇ ਤੌਰ ਤੇ ਬੱਚਿਆਂ ਨੂੰ ਸਮਝਾਉਣਾ ਆ ਯੂ ਨੋ ਲਾਈਕ ਆਹ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ, ਤੇ ਬੱਚਿਆਂ ਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ ਸਾਡੇ ਪੇਰੈਂਟਸ ਆ, ਪੇਰੈਂਟਸ ਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ ਬੱਚਿਆਂ ਦੇ ਫੀਲਿੰਗ, ਇਹ ਦੋਨਾਂ ਬੰਨੇ ਆ, ਕਿਉਂਕਿ ਤੁਹਾਨੂੰ ਪਤਾ ਵੀ ਇੱਥੇ ਬੱਚੇ ਜਿਹੜੇ ਨੇ ਕਈ ਵਾਰੀ ਤੁਸੀਂ ਉਹਨਾਂ ਕੋਲ ਬੜਾ ਕੁਝ ਸਿੱਖਦੇ ਜੇ, ਬਿਲਕੁਲ ਆਪਾਂ ਨੂੰ ਲੱਗਦਾ ਨੀ ਸਾਡੇ ਬੱਚੇ ਆ, ਕਈ ਵਾਰੀ ਤੁਹਾਨੂੰ ਬੱਚੇ ਕੋਈ ਨਾ ਕੋਈ ਚੀਜ਼ ਦੱਸਦੇ ਆ ਤਾਂ ਤੁਸੀਂ ਉਹਨਾਂ ਉਹ ਵੀ ਬਹੁਤ ਕੁਝ ਲਰਨ ਕਰ ਰਹੇ ਜਿਹੜਾ ਤੁਹਾਨੂੰ ਨਹੀਂ ਪਤਾ ਹੁੰਦਾ। ਹਾਂਜੀ, ਬਿਲਕੁਲ ਸਹੀ, ਬਿਲਕੁਲ ਬਿਲਕੁਲ ਸਹੀ ਕਿਹਾ, ਮੇਰੇ ਬੱਚੇ ਦੇ ਰੋਜ਼ ਮੈਨੂੰ ਕੋਈ ਨਾ ਕੋਈ ਗਿਆਨ ਸਿਖਾ ਦਿੰਦੇ ਨੇ। ਕੁਲਦੀਪ ਸੀਰੀਅਸਲੀ, ਕਿਉਂਕਿ ਬੱਚਿਆਂ ਨੂੰ ਕਈ ਵਾਰ ਸਾਨੂੰ ਇਹ ਲੱਗਦਾ ਆ ਵੀ ਜਿਵੇਂ ਜਿਵੇਂ ਬੱਚੇ ਆਪਾਂ, ਕਿਉਂਕਿ ਪੇਰੈਂਟਸ ਸਾਨੂੰ ਇਹ ਲੱਗਦਾ ਜੇ ਬੱਚੇ ਕੱਲ੍ਹ ਇਹਨਾਂ ਦਾ ਬਰਥ ਹੋਇਆ, ਪਰ ਕਈ ਬੱਚਿਆਂ ਨੂੰ ਸਾਨੂੰ ਬਹੁਤ ਨੌਲੇਜ ਮਿਲਦੀ ਬੱਚਿਆਂ ਨੂੰ, ਮੇਰੇ ਹਿਸਾਬ ਨਾਲ ਕਿ ਦੋਨਾਂ ਸਾਈਡ ਤੋਂ ਬੱਚਿਆਂ ਨੂੰ ਰਿਸਪੈਕਟ ਕਰਨੀ ਚਾਹੀਦੀ, ਪੇਰੈਂਟਸ ਦੀ ਤੇ ਪੇਰੈਂਟਸ ਨੂੰ ਵੀ ਬੱਚਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਕਿਉਂਕਿ ਜੇ ਬੱਚਾ ਪੜ੍ਹਨ ਵਾਲਾ ਔਰ
ਕੈਸਾ ਹੈ ਟੇਕਿੰਗ ਏ ਪਲੱਸ ਬੀ ਪਲੱਸ ਵਾਟਐਵਰ ਰਾਈਟ ਹਾਂਜੀ ਕਿਉਂਕਿ ਤੁਹਾਨੂੰ ਬੱਚਿਆਂ ਨੂੰ ਪਤਾ ਜਿਹੜਾ ਬੱਚਿਆਂ ਨਹੀਂ ਜਾਣਾ ਤਾਂ ਕਾਲਜ ਤੱਕ ਜਾਂਦੇ ਹੀ ਨਹੀਂਗੇ ਹਾਂਜੀ ਜਿਹੜੇ ਬੱਚੇ ਯੂਨੀਵਰਸਿਟੀ ਜਿਹੜੇ ਕਾਲਜ ਜਾਣਾ ਚਾਹੁੰਦੇ ਆ ਤੇ ਸੋਹਣਾ ਪੜ੍ਹਦੇ ਮੇਰੇ ਹਿਸਾਬ ਨਾਲ ਮਾਂ ਪਿਓ ਨੂੰ ਪੇਰੈਂਟਸ ਨੂੰ ਜਿਹੜੀ ਸਪੋਰਟ ਡੈਫੀਨੇਟਲੀ ਕਰਨੀ ਚਾਹੀਦੀ ਆ ਔਰ ਬੱਚਿਆਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਵੀ ਮਾਂ ਪਿਓ ਨੂੰ ਉਹਨਾਂ ਦੀ ਕਿੰਨੀ ਮਿੱਟਗੀ ਥੈਂਕ ਯੂ ਸੋ ਮਚ ਭੈਣ ਜੀ ਇੰਨੀ ਸਾਰੀ ਇਨਫੋਰਮੇਸ਼ਨ ਦੇਣ ਲਈ ਅਸੀਂ ਹਮੇਸ਼ਾ ਤੁਹਾਡੇ ਤੇ ਬੜਾ ਕਾਊਂਟ ਕਰਨੇ ਆ ਐਂਡ ਵੀ ਆਰ ਸੋ ਪ੍ਰਾਊਡ ਆਫ ਯੂ ਕਿ ਤੁਸੀਂ ਆਪ ਔਰ ਆਪਣੇ ਬੱਚਿਆਂ ਨੂੰ ਬਹੁਤ ਅੱਛੀ ਤਾਲੀਮ ਐਜੂਕੇਸ਼ਨ ਔਰ ਸਭਿਅਤਾ ਸੰਸਕਾਰ ਸਿਖਾਏ ਨੇ ਐਂਡ ਵਨ ਡੇ ਵੀ ਵਾਂਟ ਟੂ ਬੀ ਪੇਰੈਂਟ ਲਾਈਕ ਯੂ ਭੈਣ ਜੀ ਹਾਂਜੀ ਬਾਕੀ ਦੂਸਰੀ ਗੱਲ ਬਾਕੀ ਵਾਹਿਗੁਰੂ ਦੇ ਹੱਥ ਸਭ ਯੂ ਨੋ ਲਾਈਕ ਪਰਮਾਤਮਾ ਕਰਨ ਵਾਲਾ ਵੀ ਬੱਚਿਆਂ ਨੂੰ ਵੀ ਜੋ ਕਰਦੇ ਨੇ ਬੱਚੇ ਤੇ ਕਈ ਵਾਰੀ ਇਹ ਹੁੰਦਾ ਵੀ ਵਾਹਿਗੁਰੂ ਦੀ ਵੀ ਬਖਸ਼ਿਸ਼ ਹੋਣੀ ਚਾਹੀਦੀ ਹੈ ਸੋ ਮੇਰੀ ਤੇ ਇਹ ਅਰਦਾਸ ਆ ਵੀ ਸਾਰਿਆਂ ਦੇ ਪੇਰੈਂਟਸ ਵੀ ਰਾਜੀ ਬਾਜੀ ਰਹਿਣ ਬੱਚੇ ਖੁਸ਼ ਰਹਿਣ ਪੇਰੈਂਟਸ ਰਹਿਣ ਬੱਚੇ ਚੰਗੀ ਐਜੂਕੇਸ਼ਨ ਲੈ ਕੇ ਪੇਰੈਂਟਸ ਵੀ ਰਿਸਪੈਕਟ ਕਰਨ ਤੇ ਜਿਹੜੇ ਪੇਰੈਂਟਸ ਬੱਚੇ ਦੇ ਰਿਸਪੈਕਟ ਕਰਨ ਥੈਂਕ ਯੂ ਸੋ ਮਚ ਭੈਣ ਜੀ ਔਰ ਮਿਲਦੇ ਆ ਸ਼ਾਮੀ ਹੁਣ ਜਾਂਦੇ ਜਾਂਦੇ ਤੁਹਾਡੇ ਤੋਂ ਬਸ ਅਲਵਿਦਾ ਲੈਂਦੇ ਆ ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਇੰਨਾ ਸਾਰਾ ਗਿਆਨ ਮਿਲ ਗਿਆ ਇੱਕ ਯੰਗ ਬੱਚੇ ਦੀ ਮਾਮ ਤੋਂ ਔਰ ਇੱਕ ਐਕਸਪੀਰੀਅੰਸ ਮਾਮ ਤੋਂ ਹੁਣ ਅਸੀਂ ਗਿਆਨ ਪੁੱਛਾਂਗੇ ਕੁਲਦੀਪ ਤੋਂ ਇਹ ਗਿਆਨ ਲੈਣ ਤੋਂ ਪਹਿਲਾਂ ਆਪਾਂ ਛੋਟੀ ਜੀ ਬ੍ਰੇਕ ਲੈ ਲਈਏ ਔਰ ਫਿਰ ਬ੍ਰੇਕ ਤੋਂ ਬਾਅਦ ਦੱਸਨੇ ਆ ਕਿ ਆਪਾਂ ਰੈਡੀ ਆ ਕਿ ਨਹੀਂ ਠੀਕ ਹੈ ਲੇਕਿਨ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਇੱਕ ਨੰਬਰ ਦੇ ਦਈਏ ਜਿੱਥੇ ਤੁਸੀਂ ਸਾਨੂੰ ਲਾਈਵ ਕਾਲ ਕਰ ਸਕਦੇ ਹੋ ਨੰਬਰ ਹੈਗਾ 216-8988 216-800-6988 ਤੁਸੀਂ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ ਮੈਂ ਤੁਹਾਡੇ ਤੋਂ ਕੁਝ ਸਿੱਖ ਸਕਣਾ ਤੁਸੀਂ ਸਾਡੇ ਤੋਂ ਕੁਝ ਸਿੱਖ ਸਕਦੇ ਹੋ ਤਾਂ ਲੋ ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਦੋਸਤੋ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਔਨ ਮਾਈ ਟੀਵੀ ਜੀ ਹਾਂ ਮਾਈ ਟੀਵੀ ਔਰ ਅਸੀਂ ਜਾਣ ਤੋਂ ਪਹਿਲਾਂ ਬਹੁਤ ਸਾਰੇ ਗਿਆਨ ਲਿੱਤੇ ਜਿਸ ਤਰ੍ਹਾਂ ਕਿ ਦੱਸਿਆ ਕਿ ਨਿਊ ਮਦਰਸ ਤੋਂ ਅਤੇ ਪਲੱਸ ਜਿਹੜੀ ਐਕਸਪੀਰੀਅੰਸ ਨੇ ਹੋਪਫੁਲੀ ਕੁਛ ਅਸਰ ਪਿਆ ਹੋਏ ਜਿਹੜੇ ਡੈਡਸ ਨੇ ਜਿਹੜੇ ਚਾਹੁੰਦੇ ਨੇ ਬੱਚੇ ਨੇੜੇ ਹੀ ਰਹਿਣ ਅਤੇ ਉਹਨਾਂ ਦੇ ਕੁਛ ਫਰਕ ਪਿਆ ਹੋਵੇ ਆਈ ਥਿੰਕ ਬਹੁਤ ਸਹੀ ਵਰਡ ਯੂਜ਼ ਕੀਤਾ ਮੋਨੀ ਨਿਊ ਮਦਰ ਨਾ ਓ ਯੈਸ ਇਹ ਵਾਕਈ ਪੇਰੈਂਟਸ ਲਈ ਨਿਊ ਹੈ ਉਂਝ ਹੈ ਜਿਵੇਂ ਬੇਬੀ ਬੋਰਨ ਹੋਣ ਤੋਂ ਪਹਿਲਾਂ ਜਿਹੜੀ ਫੀਲਿੰਗਸ ਹੁੰਦੀਆਂ ਨੇ ਨਾ ਕਿ ਇਹ ਕਿਸ ਤਰ੍ਹਾਂ ਖਾਏਗਾ ਕਿਸ ਤਰ੍ਹਾਂ ਪੀਏਗਾ ਕਿਸ ਤਰ੍ਹਾਂ ਸੋਏਗਾ ਸੇਮ ਫੀਲਿੰਗਸ ਯਾ ਮੈਂ ਵਾਪਸ ਚੱਲਣਾ ਮੈਂ ਦੱਸ ਰਿਹਾ ਜਦੋਂ ਸਾਡੇ ਟਾਈਮ ਤੇ 18 ਸਾਲ ਦੀ ਕੁੜੀ ਹੋ ਜਾਂਦੀ ਸੀ ਉਹਦਾ ਵਿਆਹ ਰੱਖ ਦਿੱਤਾ ਜਾਂਦਾ ਸੀ ਇਹੀ ਸੋਚਦੇ ਸੀ ਅੱਛੇ ਘਰ 'ਚ ਜਾਵੇ ਉਹਦੇ 6 ਮਹੀਨੇ ਪਹਿਲਾਂ ਕੱਪੜੇ ਗਹਿਣੇ ਪਾਰਟੀਆਂ ਕਾਰਡਸ ਇਹ ਸਭ ਬਣਨਾ ਸ਼ੁਰੂ ਹੋ ਜਾਂਦੇ ਸੀ ਅੱਜ ਉਹ ਟਾਈਮ ਆ ਗਿਆ ਕਿ ਅਸੀਂ ਡਿਸਾਈਡ ਕਰਾਂ ਕਿਹੜਾ ਲੈਪਟਾਪ ਲੈਣਾ ਹੈਗਾ ਕਿੰਨੇ ਕਿਹੋ ਜਿਹੇ ਕੱਪੜੇ ਲੈ ਕੇ ਜਾਣੇ ਨੇ ਇਹਦੀ ਕਲਾਸਾਂ ਦੇ ਕਿਹੜੇ ਟਾਈਮ ਹੋਣਗੇ ਕਿਹੜੇ ਦਿਨ ਆਫ ਹੋਏਗੀ ਕਿਹੜੇ ਦਿਨ ਅਸੀਂ ਉਹਨੂੰ ਮਿਲਣ ਜਾਣਾ ਕਿਹੜੇ ਦਿਨ ਸਾਡੇ ਕੋਲ ਆਏਗੀ ਸੋ ਆਈ ਥਿੰਕ ਟੌਪ ਆਫ ਦੈਟ ਸਭ ਤੋਂ ਜ਼ਿਆਦਾ ਕੰਸਰਨ ਹੁੰਦਾ ਉਹਨਾਂ ਦੀ ਸੇਫਟੀ ਦਾ ਔਰ ਦੂਸਰਾ ਕਿ ਬੱਚਾ ਸਾਡੇ ਤੋਂ ਬਿਨਾਂ ਰਹਿ ਕੇ ਪੜ੍ਹ ਪਾਏਗਾ ਕਿ ਨਹੀਂ ਫੋਕਸ ਕਰ ਪਾਏਗਾ ਕਿ ਨਹੀਂ ਮੇਰੀ ਤਰਫੋਂ ਐਜ਼ ਏ ਮਦਰ ਮੇਰੀ ਇਹ ਕੰਸਰਨ ਹੁੰਦੀ ਹੈ ਕੱਪੜੇ ਲੱਤੇ ਤਾਂ ਮੇਰੇ ਲਈ ਬਾਹਰ ਜਾਂਦੇ ਨੇ ਮੈਨੂੰ ਸਭ ਤੋਂ ਪਹਿਲਾਂ ਕਿ ਕੰਫਰਟ ਲੈਵਲ ਕਿ ਬੱਚੇ ਨੂੰ ਕੰਫਰਟ ਹੋਏਗਾ ਕਿ ਨਹੀਂ ਹੋਏਗਾ ਜਾਂ ਉਹਦਾ ਰੂਮ ਪਾਰਟਨਰ ਹੈ ਜਿਹੜਾ ਉਹਨੂੰ ਰਾਈਟ ਮਿਲੇਗਾ ਕਿ ਨਹੀਂ ਹਾਂ ਇਹ ਡਿਪੈਂਡ ਕਰਦਾ ਕਿਉਂਕਿ ਸੰਗਤ ਜਿਹੜੀ ਹੈ ਉਹ ਕਈ ਵਾਰੀ ਤੁਹਾਨੂੰ ਵਿਗਾੜ ਵੀ ਦਿੰਦੀ ਹੈ ਕਈ ਵਾਰੀ ਤੁਹਾਨੂੰ ਬਣਾ ਵੀ ਦਿੰਦੀ ਕਈ ਵਾਰੀ ਤੁਹਾਨੂੰ ਬਣਾ ਦਿੰਦੀ ਇਹ ਜਿਵੇਂ ਰੁਪਿੰਦਰ ਭੈਣ ਜੀ ਨੇ ਪਹਿਲਾਂ ਕਾਲ ਕਰਕੇ ਇਹ 'ਚ ਸਭ ਤੋਂ ਵੱਡਾ ਹੱਥ ਹੈ ਕਿ ਤੁਸੀਂ ਅਰਦਾਸ ਕਰਨੀ ਰੱਬ ਨੂੰ ਕਿ ਹੇ ਰੱਬ ਸਭ ਸਹੀ ਹੋਵੇ ਮੇਰਾ ਬੱਚਾ ਵੀ ਸਹੀ ਹੋਵੇ ਲੋਕਾਂ ਦੇ ਬੱਚੇ ਵੀ ਸਹੀ ਹੋਣ ਸਿਰਫ ਆਪਣੇ ਨਹੀਂ ਸਾਰਿਆਂ ਲਈ ਅਰਦਾਸ ਸਰਬੱਤ ਦਾ ਭਲਾ ਮੰਗਣਾ ਆਪਾਂ ਨੂੰ ਇਹੀ ਸਾਨੂੰ ਸਿਖਾਇਆ ਗਿਆ ਸਰਬੱਤ ਦਾ ਭਲਾ ਸੋ ਜੇ ਆਪਾਂ ਇਹੋ ਜਿਹੇ ਵਿਚਾਰ ਔਰ ਇਹੋ ਜਿਹੇ ਥੋਟ ਪ੍ਰੋਸੈਸ ਨਾਲ ਚੱਲਾਂਗੇ
ਤੇ ਮਹਾਰਾਜ ਆਪਣੇ ਆਪ ਸਹੀ ਰਸਤਾ ਦਿਖਾਉਂਦਾ। ਬਿਲਕੁਲ। ਸੋ ਵੀ ਆਰ ਨਾਟ ਪਰਫੈਕਟ, ਆਰ ਕਿਡਸ ਆਰ ਨਾਟ ਪਰਫੈਕਟ, ਲੇਕਿਨ ਲਰਨਿੰਗ ਡੇ ਬਾਈ ਡੇ ਵੈਨ ਵੀ ਆਲ ਵਰਕ ਟੂਗੇਦਰ ਵੀ ਬਿਕਮ ਪਰਫੈਕਟ। ਐਂਡ ਮੇਰੇ ਤਾਂ ਇਹੀ ਹੈ, ਤੁਸੀਂ ਦੱਸੋ ਤੁਸੀਂ। ਮੈਨੂੰ ਲੱਗਦਾ ਲੋਕ ਸੋਚਣਗੇ ਕਿ ਇਹ ਪਿਓ ਹੋ ਕੇ ਜ਼ਿਆਦਾ ਕਨਫਿਊਜ਼ਡ ਹੈ, ਮਾਂ ਬਿਲਕੁਲ ਚਿਲ ਕਰ ਰਹੀ ਹੈ। ਮੈਂ ਵਾਕਈ ਚਿਲ ਕਰ ਰਹੀ ਹਾਂ ਕਿਉਂਕਿ ਮੈਨੂੰ ਸਾਦਗੀ ਦੀ ਪੋਟੈਂਸ਼ੀਅਲ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ। ਮੈਨੂੰ ਲੱਗਦਾ ਹੈ ਕਿ ਸ਼ੀ ਇਜ਼ ਅ ਵੈਰੀ ਬ੍ਰਾਈਟ ਸਟੂਡੈਂਟ। ਆਈ ਥਿੰਕ ਹਰ ਮਾਂ ਨੂੰ ਲੱਗਦਾ ਹੀ ਹੋਏਗਾ। ਆਈ ਮਾਈਟ ਜਦੋਂ ਯੂਵੀ ਨੇ ਜਾਣਾ ਹੋਏਗਾ ਨਾ ਕਾਲਜ, ਮੈਨੂੰ ਪ੍ਰੋਬਲਮ ਉਦੋਂ ਹੋਏਗੀ। ਮੈਨੂੰ ਕੁੜੀ ਤਰਫੋਂ ਨਹੀਂ, ਕਿਉਂਕਿ ਮੈਨੂੰ ਪਤਾ ਹੈ ਕਿ ਕੁੜੀ ਬਹੁਤ ਸਿਆਣੀ ਹੈ। ਕਿਉਂਕਿ ਆਪਾਂ ਬਚਪਨ ਤੋਂ ਕੁੜੀਆਂ ਨੂੰ ਸਿਖਾਉਂਦੇ ਹਾਂ ਕੁਲਦੀਪ, ਆਹ ਨਹੀਂ ਖਾਣਾ, ਆਹ ਨਹੀਂ ਪੀਣਾ, ਇੱਦਾਂ ਨਹੀਂ ਗੱਲ ਕਰ, ਉੱਦਾਂ ਨਹੀਂ ਗੱਲ ਕਰ। ਲੇਕਿਨ ਬਹੁਤ ਦਫ਼ਾ ਅਸੀਂ ਆਪਣੇ ਮੁੰਡਿਆਂ ਨੂੰ ਸੰਸਕਾਰ ਦੇਣਾ ਭੁੱਲ ਜਾਂਦੇ ਹਾਂ ਇਸੇ ਤਰੀਕੇ ਦੇ। ਆਹ ਹੁਣ ਆਪਾਂ ਬੜੇ ਸਾਰੇ ਕਿੱਸੇ ਸੁਣਦੇ ਹਾਂ ਜੀ ਆਹ ਹਾਦਸਾ ਹੋ ਗਿਆ, ਆਹ ਹਾਦਸਾ ਹੋ ਗਿਆ। ਅਤੇ ਇੱਥੇ ਦੀ ਮੇਰੇ ਖਿਆਲ ਨਾਲ ਇੱਕ ਬਣਦਾ ਹੈਗਾ ਕਿ ਮਾਵਾਂ ਨੂੰ ਥੋੜ੍ਹਾ ਜਿਹਾ ਜਾਗਰੂਕ ਹੋਣ ਦੀ ਲੋੜ ਹੈ, ਅਤੇ ਉਹਨਾਂ ਨੂੰ ਆਪਣੇ ਮੁੰਡਿਆਂ ਨੂੰ ਵੀ ਸਮਝਾਉਣ ਦੀ ਲੋੜ ਹੈ ਕਿ ਬਾਹਰ ਜਾ ਕੇ ਤੁਸੀਂ ਛੇੜਖਾਨੀ ਨਹੀਂ ਕਰਨੀ, ਕੁੜੀਆਂ ਨੂੰ ਤੰਗ ਨਹੀਂ ਕਰਨਾ, ਸਭ ਤੋਂ ਪਹਿਲਾਂ ਤਾਂ ਰਿਸਪੈਕਟ ਕਰਨੀ ਹੈ। ਪਿਓਾਂ ਨੂੰ ਵੀ ਬਿਲਕੁਲ ਸਹੀ ਤੋਂ ਕਿਹਾ ਨਾ, ਆਪਾਂ ਅਸਲ ਸ਼ਾਇਦ ਇਸ ਕੰਟਰੀ ਚ ਆ ਗਿਆ। ਉਹ ਐਲਕੋਹਲ ਦੀ ਐਜੂਕੇਸ਼ਨ ਹੋਵੇ, ਜਾਂ ਉਹ ਸੈਕਸ ਦੀ ਐਜੂਕੇਸ਼ਨ ਹੋਵੇ, ਜਾਂ ਫਿਰ ਉਹ ਪੜ੍ਹਾਈ ਦੀ ਐਜੂਕੇਸ਼ਨ ਹੋਵੇ, ਜਾਂ ਫਿਰ ਵੂਮੈਨ ਰਿਸਪੈਕਟ ਦੀ ਐਜੂਕੇਸ਼ਨ ਹੋਵੇ, ਇਹ ਚਾਰ ਬਹੁਤ ਹੀ ਨਾਲ ਇਹ ਮੁੰਡਾ ਜਿਹੜੇ ਮੁੰਡਿਆਂ ਦੇ ਨਾਲ ਇਹ ਚੱਲਦੇ ਫਿਰਦੇ ਇਹ ਸਾਰੀ ਚੀਜ਼ਾਂ ਨੇ, ਇਹਨਾਂ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੈ। ਸੋ ਇਹ ਇਸ ਪੱਖੋਂ ਸਾਨੂੰ ਉਹਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਕਿ ਸਭ ਤੋਂ ਪਹਿਲਾਂ ਤਾਂ ਰਿਸਪੈਕਟ, ਵੂਮੈਨ ਦੀ ਰਿਸਪੈਕਟ ਹੋਏਗੀ ਤਾਂ ਉਹ ਅੱਗੋਂ ਗਾਂਹ ਜਿਹੜੀ ਉਹਨਾਂ ਦੀ ਫਰੈਂਡਸ ਨੇ ਜਾਂ ਕੋਈ ਵੀ ਵੂਮੈਨ ਹੈ ਉਹਦੀ ਰਿਸਪੈਕਟ ਕਰਨਗੇ। ਮੁੰਡੇ ਦੀ ਗੱਲ ਕਰਦੇ ਹਾਂ ਕਿ ਮੁੰਡੇ ਨੂੰ ਸਾਨੂੰ ਸਿਖਾਉਣ ਦੀ ਲੋੜ ਹੈ, ਔਰ ਭਾਵਾਂ ਉਹ ਕੰਮ ਵਾਲੀ ਕਿਉਂ ਨਾ ਹੋਵੇ, ਭਾਵਾਂ ਉਹ ਕੋਈ ਯੂਨੋ ਬਾਹਰ ਸੜਕ 'ਤੇ ਖੜਾ ਕੋਈ ਲੇਡੀ ਕਿਉਂ ਨਾ ਹੋਵੇ, ਕੋਈ ਭਾਵਾਂ ਜੋ ਵੀ ਜੋਬ ਕਰਦੀ ਹੋਵੇ। ਸੋ ਇਹ ਸਾਨੂੰ ਹੁਣ ਅਸੀਂ ਹੁਣ ਇਹ ਟਾਈਮ ਆ ਗਿਆ, ਹੁਣ ਇਹ ਸਿਚੁਏਸ਼ਨ ਆ ਗਈ ਆ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ। ਮੈਨੂੰ ਯਾਦ ਹੈ ਜਦੋਂ ਸਾਡੇ ਨਾਨੇ ਦਾਦੇ ਪੁਰਾਣੇ ਟਾਈਮ ਦੀ, ਉਹ ਆਪਣੇ ਮੁੰਡਿਆਂ ਨੂੰ ਸਿੱਖਿਆ ਜ਼ਰੂਰ ਦਿੰਦੇ ਹੁੰਦੇ ਸੀ ਕਿ ਪੁੱਤਰ ਬਾਕੀ ਆ ਸਾਰੀਆਂ ਇੱਕ ਦਿਨ ਨਾਲ ਤੇਰਾ ਵਿਆਹ ਹੋਣਾ, ਬਾਕੀ ਸਾਰੀਆਂ ਪਿੰਡ ਦੀਆਂ ਤੇਰੀਆਂ ਮੱਲੇ ਦੀ ਸਾਰੀ ਕੁੜੀਆਂ ਤੁਹਾਡੀਆਂ ਭੈਣਾਂ ਨੇ। ਸੋ ਇਹ ਮੈਨੂੰ ਗੱਲ ਯਾਦ ਹੈਗੀ ਹੈ ਕਿਉਂਕਿ ਸਾਡੇ ਬਾਪੂ ਜੀ ਬੜੇ ਸਖਤ ਹੁੰਦੇ ਸੀਗੇ, ਅਤੇ ਉਹਨਾਂ ਨੇ ਕੁੜੀਆਂ ਲਈ ਵੀ ਸਖਤ ਹੁੰਦੇ ਸੀ ਤਾਂ ਮੁੰਡਿਆਂ ਲਈ ਵੀ ਹੁੰਦੇ ਸੀ, ਵਿਚ ਇਜ਼ ਆਈ ਲਾਈਕ ਇਟ ਅਲਾਟ। ਸੋ ਆਈ ਥਿੰਕ ਉਹੀ ਦੌਰ ਆ ਗਿਆ ਕਿ ਅਸੀਂ ਮੁੰਡਿਆਂ ਨੂੰ ਪ੍ਰਿਵਿਲੇਜਸ ਦੇ ਕੇ ਦੱਸੋ ਕਿਹੜੇ ਬਾਪੂ ਜੀ? ਮੇਰੇ ਨਾਨਾ ਜੀ ਪ੍ਰੀਤਮ ਸਿੰਘ ਜੀ ਅਤੇ ਸੰਗਰੂਰ ਪਿੰਡ ਦੇ, ਅਤੇ ਉਹਨਾਂ ਦੇ ਵਾਸਤੇ ਹੀ ਹੈ, ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ। ਅਤੇ ਹੁਣ ਗੱਲ ਆਉਂਦੀ ਹੈਗੀ ਹੈ ਵਾਪਸ ਕਾਲਜ ਦੀ, ਅਤੇ ਕਾਲਜ ਦੇ ਹੁਣ ਅਸੀਂ ਵਾਪਸ ਹੁਣ ਜਿਸ ਤਰ੍ਹਾਂ ਕਿ 6 ਮਹੀਨੇ ਰਹਿ ਗਏ ਨੇ, ਨਾ ਕੁਲਦੀਪ ਨੂੰ ਨੀਂਦ ਆ ਰਹੀ ਹੈ, ਨਾ ਸਾਦਗੀ ਨੂੰ ਨੀਂਦ ਆ ਰਹੀ ਹੈ। ਸਾਦਗੀ ਸਾਦਗੀ ਤਾਂ ਇਸ ਕਰਕੇ ਨਹੀਂ ਆ ਰਹੀ ਕਿ ਉਹ ਬੜੀ ਐਕਸਾਈਟਡ ਹੈ, ਔਰ ਮੈਂ ਵੀ ਐਕਸਾਈਟਡ ਹਾਂ, ਲੇਕਿਨ ਐਜ਼ ਅ ਫਾਦਰ ਕਿਤੇ ਨਾ ਕਿਤੇ ਦਿਮਾਗ 'ਚ ਥੋੜ੍ਹਾ ਜਿਹਾ ਵਰਿਡ ਹਾਂ। ਸੋ ਮੇਰਾ ਖਿਆਲ ਇਹ ਨੈਚੁਰਲ ਹੈ। ਸੋ ਮੈਂ ਕਹਾਂਗੀ ਜਸਟ ਟਰੱਸਟ ਯੋਰ ਚਾਈਲਡ, ਆਈ ਵੁੱਡ ਸੇ ਕਿ ਟਰੱਸਟ ਕਰੋ, ਕਿਉਂਕਿ ਜਿਹਨੇ ਪੜ੍ਹਨਾ ਉਹਨੇ ਕਿਤੇ ਵੀ ਪੜ੍ਹ ਲੈਣਾ। ਕਈ ਵਾਰੀ ਤੂੰ ਸੁਣਿਆ ਨਹੀਂ ਡਰਾਈਵਿੰਗ 'ਚ ਕਹਿੰਦੇ ਨੇ ਕਿ 99% ਐਕਸੀਡੈਂਟ ਅਗਲੇ ਦੀ ਗਲਤੀ ਨਾਲ ਹੁੰਦਾ। ਸੋ ਐਸੇ ਮਾਂ ਬਾਪ ਸਾਨੂੰ ਇਹੀ ਕੰਸਰਨ ਰਹਿੰਦਾ ਕਿ ਪਹਿਲੀ ਗੱਲ ਤਾਂ ਆਪਣਾ ਬੱਚਾ ਸਾਰਿਆਂ ਨੂੰ ਸਹੀ ਲੱਗਦਾ, ਸੋ ਉਹ ਦੂਜਾ ਜਿਹੜਾ ਬੱਚਾ ਹੈਗਾ ਸ਼ਾਇਦ ਉਹਦੇ ਮਾਂ ਬਾਪ ਨੂੰ ਵੀ ਇੰਝ ਹੀ ਲੱਗਦਾ ਕਿ ਕਹਾਣੀ ਕਿੱਥੇ ਹੋਣੀ ਇਹ ਨਹੀਂ ਪਤਾ, ਲੇਕਿਨ ਮਹਾਰਾਜ ਨਾ ਕਰੇ ਇਹੋ ਜਿਹਾ ਕੋਈ ਐਕਸੀਡੈਂਟ ਹੋਵੇ। ਸੋ ਲਓ ਜੀ, 6 ਮਹੀਨਿਆਂ ਬਾਅਦ ਮੇਰੇ ਖਿਆਲ ਨਾਲ ਇੱਕ ਨਵੇਂ ਐਪੀਸੋਡ ਨਾਲ ਆਵਾਂਗੇ ਕਿ ਡੈਡ ਦੀ ਲਾਈਫ ਸਟੋਰੀ ਅਸੀਂ ਤੁਹਾਨੂੰ ਸੁਣਾਵਾਂਗੇ ਕਿ ਮਿਸਟਰ ਗਿੱਲ 'ਤੇ ਕੀ ਆਪ ਬੀਤੀ ਹੋਈ ਕਿ ਜਦੋਂ ਬੇਟੀ ਇਸ ਕਾਲਜ ਚਲੀ ਗਈ। ਰਾਈਟ, ਇੱਕ ਇਸ ਤਰ੍ਹਾਂ ਦੀ ਇੱਕ ਮੂਵੀ ਵੀ ਸੀ, ਇੰਗਲਿਸ਼ ਮੂਵੀ, ਉਹ ਬੱਚੇ ਦੇ ਨਾਲ ਜਾ ਕੇ ਕਾਲਜ 'ਚ ਖੁਦ ਰਹਿਣਾ ਚਾਹੁੰਦਾ ਡੋਮ ਦੇ ਵਿੱਚ ਉਹਦਾ ਡੈਡ। ਅੱਛਾ, ਸੋ ਮੇਰੇ ਖਿਆਲ ਨਾਲ ਇਹ ਹੋ ਜਾਣਾ ਕਿ ਬਹੁਤ ਜਲਦ ਡੈਡ ਨੇ ਸ਼ਿਫਟ ਹੋ ਜਾਣਾ ਸਾਦਗੀ ਗਿੱਲ ਦੇ ਨਾਲ, ਅਤੇ ਸਾਦਗੀ ਨੇ ਵਾਪਸ ਘਰ ਆ ਜਾਣਾ ਔਰ ਕੁਲਦੀਪ ਨੂੰ ਕਾਲਜ ਕਰਨਾ ਪੈ ਜਾਣਾ। ਰਾਈਟ, ਚਲੋ ਫਿਰ ਪੜ੍ਹ ਲਾਂਗੇ। ਸੋ ਇਹ ਤਾਂ ਸੀਗੇ ਜੀ ਸਾਡੇ ਵਿਚਾਰ, ਹੋ ਸਕਦਾ ਤੁਹਾਡੇ ਵਿਚਾਰ ਸਾਡੇ ਨਾਲੋਂ ਵੱਖ ਹੋਣ, ਜਾਂ ਕੁਛ ਹੋਰ ਵਿਚਾਰ ਵੀ ਹੋ ਸਕਦੇ ਨੇ ਕਿ ਰਲ ਮਿਲ ਕੇ ਅਸੀਂ ਇੱਕ ਦੂਜੇ ਨਾਲ ਅਸੀਂ ਸਾਂਝ ਪਾ ਸਕਦੇ ਹਾਂ। ਅਤੇ ਕਰਨਾ ਕੀ ਹੈ ਤੁਸੀਂ ਜੀ, ਇੱਕੋ ਚੀਜ਼ ਕਰਨੀ ਹੈ, ਫੋਨ ਉਠਾਓ ਔਰ ਨੰਬਰ ਘੁਮਾਓ। ਨੰਬਰ ਹੈ 216-800-8988 ਮਾਈ ਟੀਵੀ 8988 216-800-8988। ਚਲੋ ਇਹ ਤਾਂ ਡਿਬੇਟ ਚੱਲਦੀ ਰਹੇਗੀ ਕਿ ਪਿਓ ਦਾ ਕੀ ਹੋਇਆ, ਬੇਟੀ ਦਾ ਕੀ ਹੋਇਆ, ਮਾਂ ਦਾ ਕੀ ਹੋਇਆ, ਸਾਰਿਆਂ ਦਾ ਕੀ ਹੋਇਆ। ਹੁਣ ਇਸ ਸਾਲ ਦੇ ਆਪਾਂ ਤੁਰ ਪਏ ਹਾਂ, ਇਹ ਸਾਡਾ ਦੂਜਾ ਤੀਜਾ ਹਫ਼ਤਾ ਹੈਗਾ ਮੇਰਾ ਖਿਆਲ, ਅਤੇ ਹੌਲੀ ਹੌਲੀ ਆਪਾਂ ਇਸ ਸਾਲ ਦੇ ਗੋਲ, ਇੱਕ ਤਾਂ ਗੋਲ ਨਜ਼ਰ ਆ ਹੀ ਗਿਆ ਮੈਨੂੰ ਕਿ ਬੇਟੇ ਨੂੰ ਕਾਲਜ ਭੇਜਣਾ, ਅਤੇ ਹੋਰ ਵੀ ਗੋਲ ਹੈਗਾ ਕਿ ਆਪਾਂ ਹੌਲੀ ਹੌਲੀ
ਇਸ ਟੀਵੀ ਦੇ ਰਾਹੀਂ ਆਪਣੀ ਕਮਿਊਨਿਟੀ ਨੂੰ ਕਿਵੇਂ ਅੱਗੇ ਲੈ ਕੇ ਆਉਣਾ? ਜੀ ਹਾਂ, ਸੋਰੀ ਸੋਰੀ ਇਸ ਤੋਂ ਪਹਿਲਾਂ ਕਿ ਮੈਂ ਭੁੱਲ ਜਾਵਾਂ, ਇਸ ਟੀਵੀ ਤੋਂ ਗੱਲ ਆ ਗਈ ਜੀ, ਇਹ ਅਸੀਂ ਹੁਣ ਹਰ ਹਫ਼ਤੇ ਐਵਰੀ ਸੈਟਰਡੇ ਅਸੀਂ ਲਾਈਵ ਹੋਇਆ ਕਰਾਂਗੇ ਔਰ ਅਸੀਂ ਲਾਈਵ ਕਾਲਸ ਵੀ ਲਵਾਂਗੇ, ਇਸੇ ਕਰਕੇ ਤਾਂ ਕਿ ਅਸੀਂ ਵਿਚਾਰ ਸਾਂਝੇ ਕਰ ਸਕੀਏ। ਇਹ ਟੀਵੀ ਇਸੇ ਕਰਕੇ ਓਪਨ ਕੀਤਾ ਗਿਆ ਸੀ, ਇਸੇ ਕਰਕੇ ਹੀ ਇਹਨੂੰ ਅਸੀਂ ਬਣਾਉਣ ਦਾ ਦਿਮਾਗ ਦੇ ਵਿੱਚ ਪ੍ਰੋਗਰਾਮ ਕਹਿ ਲਓ ਨਾ, ਦਿਮਾਗ ਦੇ ਵਿੱਚ ਪਹਿਲਾਂ ਆਉਂਦਾ, ਫਿਰ ਅਸੀਂ ਅੱਗੇ ਗਾਂਹ ਵੱਧਦੇ ਹਾਂ ਕਿ ਅਸੀਂ ਕਮਿਊਨਿਟੀ ਦੇ ਨਾਲ ਇੱਕ ਦੂਜੇ ਨਾਲ ਕਿਵੇਂ ਸਾਂਝ ਪਾ ਸਕਦੇ ਹਾਂ। ਪ੍ਰਦੇਸ਼ 'ਚ ਬੈਠੇ ਹਾਂ, ਸਾਰੀ ਦੁਨੀਆ ਜਾਣਦੀ ਹੈ ਕਿ ਇਸ ਪ੍ਰਦੇਸ਼ ਨੂੰ ਅਸੀਂ ਦੇਸ਼ ਕਿਵੇਂ ਬਣਾ ਸਕਦੇ ਹਾਂ। ਅੱਜ ਕੱਲ੍ਹ ਉਹ ਸਮਾਂ ਨਹੀਂ ਰਹਿ ਗਿਆ ਕਿ ਤੁਸੀਂ ਟੀਵੀ ਸਟੇਸ਼ਨ ਜਾਓ ਔਰ ਸ਼ੋ ਬਣਾਓ ਔਰ 20 ਦਿਨਾਂ ਬਾਅਦ ਤੁਹਾਡਾ ਸ਼ੋ ਆਏਗਾ। ਅੱਜ ਕੱਲ੍ਹ ਤਾਂ ਇਹ ਟਾਈਮ ਹੈ ਇੰਸਟੈਂਟ, ਬੱਚਿਆਂ ਦੇ ਹੱਥ 'ਚ ਫੋਨ ਹੈ, ਰੈਂਡਮ ਹੈ। ਤੁਸੀਂ ਇੱਥੇ ਫੇਸਬੁੱਕ 'ਤੇ ਗਏ, ਉੱਥੇ ਦੂਜੇ ਫੇਸਬੁੱਕ 'ਤੇ ਆ ਕੇ ਨਾਲ ਹੀ ਸਵਾਲ ਜਵਾਬ, ਕੱਲ੍ਹ ਤੱਕ ਦਾ ਟਾਈਮ ਹੀ ਨਹੀਂ ਕਿਸੇ ਕੋਲ ਜੀ। ਜੇ ਤੁਸੀਂ 20 ਦਿਨਾਂ ਤੱਕ ਜਾਓਗੇ, ਟੈਕਨੋਲੋਜੀ ਤੁਹਾਨੂੰ 2 ਸਾਲ ਪਿੱਛੇ ਛੱਡ ਜਾਣਾ। ਟੈਕਨੋਲੋਜੀ ਦੀ ਗੱਲ ਆ ਰਹੀ ਹੈ, ਇੰਨੇ ਫਾਸਟ ਅਸੀਂ ਅਤੇ ਫਾਸਟ ਫਾਸਟ ਦੇ ਵਿੱਚ ਮੈਂ ਹੋਰ ਫਟਾਫਟ ਇੱਕ ਇਨਫੋਰਮੇਸ਼ਨ ਦੇ ਦੇਵਾਂ, ਸ਼ਾਇਦ ਕੁਲਦੀਪ ਨੂੰ ਵੀ ਨਹੀਂ ਪਤਾ ਹੋਏਗੀ ਇਨਫੋਰਮੇਸ਼ਨ, ਕਿਉਂਕਿ ਮੈਂ ਸੁਪਰ ਫਾਸਟ ਹਾਂ। ਸੋ ਕੈਚ ਮੀ ਫਿਊ ਕੈਨ। ਅਤੇ ਲਓ ਜੀ, ਜਿੰਨੇ ਜਿਹੜੇ ਕੋਈ ਤੁਹਾਡੇ ਕੋਲ ਅਗਰ ਬੋਲਣ ਦੀ ਕਲਾ ਹੈਗੀ ਹੈ, ਅਗਰ ਤੁਸੀਂ ਕੋਈ ਆਰਟਿਸਟ ਹੋ, ਕਮ ਐਂਡ ਜੁਆਇਨ ਅਸ ਐਂਡ ਡੂ ਸ਼ੋ ਵਿਦ ਅਸ। ਕਮ ਐਂਡ ਜੁਆਇਨ ਅਸ, ਸਾਡੇ ਨਾਲ ਸ਼ੋ ਕਰੋ। ਜੇ ਤੁਹਾਡੇ 'ਚ ਕੈਪੇਬਿਲਟੀ ਕਿ ਤੁਸੀਂ ਸ਼ੋ ਆਪ ਰਨ ਕਰ ਸਕਦੇ ਹੋ, ਅਸੀਂ ਤੁਹਾਨੂੰ ਪਲੈਟਫਾਰਮ ਦੇਵਾਂਗੇ। ਜੀ ਹਾਂ, ਤੁਸੀਂ ਹੋਸਟ ਬਣ ਸਕਦੇ ਹੋ। ਇੱਕ ਮੌਕਾ ਹੈਗਾ ਮਾਈ ਟੀਵੀ ਵੱਲੋਂ ਆਪਣਾ ਟੈਲੈਂਟ ਵਿਖਾਉਣ ਦਾ, ਜੇ ਤੁਸੀਂ ਕਰ ਸਕਦੇ ਹੋ ਤਾਂ ਅਸੀਂ ਤੁਹਾਨੂੰ ਇਹ ਪ੍ਰੋਵਾਈਡ ਕਰ ਸਕਦੇ ਹਾਂ। ਸ਼ਰਤ ਇੱਕੋ ਹੀ ਹੈ ਸਾਡੀ, ਅਸੀਂ ਇਹ ਫੈਮਿਲੀ ਓਰੀਐਂਟਡ ਟੀਵੀ ਚੈਨਲ ਬਣਾਉਣਾ ਚਾਹੁੰਦੇ ਹਾਂ। ਯਾ ਅਸੀਂ ਆਪਣੇ ਪਰਿਵਾਰ ਨਾਲ ਬੈਠ ਕੇ, ਆਪਣੇ ਬੱਚਿਆਂ ਨਾਲ, ਦੋਹਤੇ ਪੋਤਿਆਂ ਨਾਲ ਬੈਠ ਕੇ ਆਪਾਂ ਟੀਵੀ ਦੇਖ ਸਕੀਏ। ਲੋਕਾਂ ਨੂੰ ਇਹ ਲੱਗੇ ਕਿ ਜਦੋਂ ਇਹ ਟੀਵੀ ਇਹਨਾਂ ਦਾ ਸ਼ੋਅ ਦੇਖਦੇ ਹਾਂ, ਅਸੀਂ ਦੇਖ ਸਕਦੇ ਹਾਂ, ਅਸੀਂ ਹੱਸ ਸਕਦੇ ਹਾਂ, ਅਸੀਂ ਖੇਡ ਸਕਦੇ ਹਾਂ, ਅਸੀਂ ਇਹਨਾਂ ਨਾਲ ਫੋਨ 'ਤੇ ਗੱਲਬਾਤ ਕਰਕੇ ਆਪਣੇ ਜਜ਼ਬਾਤ ਸ਼ੇਅਰ ਕਰ ਸਕਦੇ। ਕੋਈ ਅਗਰ ਅਸ਼ਲੀਲਤਾ ਜਾਂ ਕੋਈ ਇਹੋ ਜਿਹੇ ਸ਼ਬਦ ਯੂਜ਼ ਕਰਨ ਵਾਲਾ ਕੋਈ ਆ ਜਾਏ ਤਾਂ ਆਮ ਸੋਰੀ, ਵੀ ਵਿਲ ਨੋਟ ਪ੍ਰਮੋਟ ਯੂ, ਕਿਉਂਕਿ ਉਸ ਸਭ ਚੀਜ਼ਾਂ ਪ੍ਰਮੋਟ ਕਰਨ ਲਈ ਬੜੇ ਚੈਨਲ ਪਏ ਨੇ, ਬੜੇ ਹੀ ਚੈਨਲ ਪਏ ਨੇ। ਅਸੀਂ ਸਿਰਫ ਉਹ ਪ੍ਰਮੋਟ ਕਰਾਂਗੇ ਜੋ ਅਸੀਂ ਆਪਣੇ ਘਰ ਲੈ ਕੇ ਆ ਸਕੀਏ ਜੀ। ਔਰ ਅਗਰ ਗੱਲ ਵਾਪਸ ਉਹੀ ਆ ਗਈ ਨਾ ਕੁਲਦੀਪ ਟੈਲੈਂਟ ਦੀ, ਜੇ ਤੁਹਾਡੇ ਕੋਲ ਟੈਲੈਂਟ ਹੈ, ਦੈਨ ਹੇਅਰ ਵੀ ਆਰ ਗਾਇਸ। ਕਰਨਾ ਕਿ ਤੁਸੀਂ ਫੇਸਬੁੱਕ 'ਤੇ ਜਾ ਕੇ ਜਾਂ ਮੋਨੀ ਗਿੱਲ ਜਾਂ ਕੁਲਦੀਪ ਗਿੱਲ ਜਾਂ ਆਗਿਆਪਾਲ ਬਾਟ ਜੀ ਦੇ ਪੇਜ 'ਤੇ ਜਾ ਕੇ ਤੁਸੀਂ ਇਨਬੋਕਸ ਵੀ ਕਰ ਸਕਦੇ ਹੋ, ਜਾਂ ਫਿਰ ਮਾਈ ਵਰਲਡ ਵੈਬ ਟੀਵੀ ਦੇ ਪੇਜ 'ਤੇ ਜਾ ਕੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ, ਜਾਂ ਨੰਬਰ ਜਿਹੜਾ ਥੱਲੇ ਲਿਖਿਆ ਹੈਗਾ ਤੁਸੀਂ ਇਸ 'ਤੇ ਕਾਲ ਕਰ ਸਕਦੇ ਹੋ, ਈਮੇਲ ਪਾ ਸਕਦੇ ਹੋ, ਦੇਰ ਇਜ਼ ਮੈਨੀ ਵੇਜ਼ ਕਾਲ ਕਰ ਸਕਦੇ ਹੋ। ਸੋ ਲਓ ਜੀ, ਮੇਰੇ ਖਿਆਲ ਨਾਲ ਕੁਲਦੀਪ ਟਾਈਮ ਹੋ ਗਿਆ, ਅਤੇ ਮੈਂ ਕਹਿੰਦੀ ਹੁਣ ਆਪਾਂ ਅਲਵਿਦਾ ਨਾ ਲਈਏ। ਅਲਵਿਦਾ ਕਿੱਥੇ ਲੈਣੇ ਜੀ, ਅਗਲਾ ਸੈਟਰਡੇ ਦੇਖ ਪਤਾ ਨਹੀਂ ਲੱਗਣਾ ਕਦੋਂ ਆ ਜਾਣਾ। ਅਗਲੇ ਸੈਟਰਡੇ ਫਿਰ 6 ਵਜੇ ਲਾਈਵ, 2 ਦਿਨ ਪਹਿਲਾਂ ਤੁਹਾਨੂੰ ਸਾਡੇ ਤਸਵੀਰਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਪਲੀਜ਼ ਸਾਨੂੰ ਸਬਸਕ੍ਰਾਈਬ ਕਰੋ, ਮਾਈ ਵਰਲਡ ਵੈਬ ਟੀਵੀ ਦੇ ਪੇਜ ਨੂੰ ਲਾਈਕ ਕਰੋ, ਇਨ ਸ਼ਾਰਟ ਮਾਈ ਟੀਵੀ ਨੂੰ ਲਾਈਕ ਕਰੋ, ਮਾਈ ਟੀਵੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ, ਸਾਨੂੰ ਤੁਹਾਡੇ ਪਰਿਵਾਰ ਦਾ ਹਿੱਸਾ ਬਣਾਓ, ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਬਣੋ। ਖੁਆਇਸ਼ਾਂ ਨੇ ਜਾਂ ਤੁਹਾਡੀ ਜਿਹੜੀ ਮੰਗ ਹੈ ਉਹਦੇ ਤੇ ਪੂਰੇ ਖਰੇ ਉਤਰ ਸਕੀਏ। ਤੇ ਕੁਲਦੀਪ ਜੀ, ਹੁਣ ਆਪਾਂ ਚੱਲੀਏ, ਅਲਵਿਦਾ ਲਈਏ ਜੀ। ਤੇ ਲੋ ਜੀ, ਫਿਰ ਮਿਲਦੇ ਅਗਲੇ ਹਫਤੇ, ਸੇਮ ਟਾਈਮ ਸੇਮ ਪਲੇਸ। ਕੀਪ ਵਾਚਿੰਗ ਮਾਈ ਟੀਵੀ ਵਿਦ ਮਿਸਟਰ ਐਂਡ ਮਿਸਿਸ ਗਿੱਲ। ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਸਤਿ ਸ਼੍ਰੀ ਅਕਾਲ ਜੀ।